ਦਿਨ ਕੇ ਬਾਅਦ ਆਜ ਸੇ 2 ਦਿਨ ਕੇ ਬਾਅਦ ਮੈਂ ਸੀਐਮ ਕੀ ਕੁਰਸੀ ਸੇ ਇਸਤੀਫਾ ਦੇਨੇ ਜਾ ਰਹਾ ਹਾਂ ਅਗਰ ਆਪਕੋ ਲਗਤਾ ਹੈ ਕੇਜਰੀਵਾਲ ਇਮਾਨਦਾਰ ਹੈ ਮੇਰੇ ਪੱਖ ਮੇਂ ਵੋਟ ਦੇ ਦੇਨਾ ਅਗਰ ਆਪਕੋ ਲਗਤਾ ਹੈ ਕੇਜਰੀਵਾਲ ਗੁਨਾਹਗਾਰ ਹੈ ਮੇਰ ਕੋ ਵੋਟ ਮਤ ਦੇਨਾ ਤੋ ਜਿਹੜਾ ਕੇਜਰੀਵਾਲ ਸਾਹਿਬ ਦਾ ਇਹ ਕਹਿਣਾ ਹੈ ਕਿ ਜਿਹੜੇ ਲੋਕ ਮੈਨੂੰ ਚਾਹਣਗੇ ਹਮ ਲੋਕ ਵੋਟ ਪਾ ਦੇਣੇ ਫੇਰ ਖਤਮ ਹੋ ਜੂਗਾ ਮਨੋਕੇਸ਼ ਫੇਰ ਜਿਹੜੀ ਉਹਨਾਂ ਨੇ ਜੇ ਮੰਨ ਲੋ ਉਹਨਾਂ ਨੇ ਕੋਈ ਸ਼ੇਰਾ ਤਰੀ ਕਰੀ ਹੋਵੇ ਫੇਰ ਮਾਫ ਹੋ ਜੂਗਾ ਬਿੱਜੇ ਜੇ ਤੁਸੀਂ ਅੱਜ ਤੁਸੀਂ ਕਹਿੰਦੇ ਅਸੀਂ ਦਿੱਲੀ ਨੂੰ ਪੂਰਾ ਸਟੇਟ ਥੋੜਾ ਲਾਵਾਂਗੇ ਥੋੜੇ ਨਾਲ ਜਿਹੜਾ ਖੋਲ ਹੈਗਾ ਸੀ ਉਹ ਵੀ ਖੋਲਿਆ ਤੁਸੀਂ ਕਿਉਂ ਨਹੀਂ ਬਹਾਦਰ ਨਾਲ ਥੋੜੇ ਕੀ ਕਰਦੇ ਹੋ ਅਸ਼ੀਨ ਵਕ ਚ ਇੰਨਾ ਜ਼ੁਲਮ ਹੋਇਆ ਤੁਸੀਂ ਤਾਂ ਬੋਲੀ ਨਹੀਂ ਤੁਸੀਂ ਤਾਂ ਬਨਾਉਟੀ ਫਰਸੀ ਵੀ ਤੁਹਾਡਾ ਹੋਇਆ ਐਟੀਟਿਊਡ ਆ ਤੁਸੀਂ ਕਿਸ ਦਿਨ ਬੋਲਿਓ ਤੁਸੀਂ ਦੱਸਦਾ ਦਿਓ ਨਾ ਕੇਜਰੀ ਵਾਪਸ ਆਦਾ ਇਹ ਦੌ ਜਿਹੜਾ ਮੇਰੇ ਹਿਸਾਬ ਨਾਲ ਇਹ ਕੋ ਬਹੁਤਾ ਸਿੱਧਾ ਨਹੀਂ ਤਾਂ ਨਾਲ ਮਤੋਂ ਹਰਿਆਣੇ ਦੀਆਂ ਚੋਣਾ ਚ ਵੀ ਪੁੱਠਾ ਪਊਗਾ ਇਹਨਾਂ ਦਾ ਹਾਂ ਦਿੱਲੀ ਚ ਵੀ ਪਊਗਾ ਤੇਰੇ हिसाब ਨਾਲ ਤਾਂ ਲੋਕਾਂ ਨੂੰ ਅਦਾਲਤਾਂ ਤੇ ਵੀ ਭਰੋਸਾ ਨਹੀਂ ਰਿਹਾ ਮੈਂ ਕਿਹਨੇ ਭਰੋਸਾ ਕਿੱਥੇ ਰਹਿਣਾ ਇਹ ਚੀਫ ਜਸਟਿਸ ਸਾਹਿਬ ਦੇ ਘਰ ਮੋਦੀ ਸਾਹਿਬ ਪੂਜਾ ਕਰਦੇ ਨੇ ਪੂਜਾ ਤਾਂ ਉਹਨਾਂ ਦਾ ਨਿੱਜੀ ਮਾਮਲਾ ਸੀ ਚੀਫ ਜਸਟਿਸ ਦਾ ਮੋਦੀ ਸਾਹਿਬ ਕਦੇ ਵਸਤੇ ਗਏ ਨੇ ਉੱਥੇ ਜੇ ਉਹਨਾਂ ਨੇ ਬੁਲਾਏ ਨਹੀਂ ਜੇ ਤਾਂ ਬੁਲਾਏ ਕਿਉਂ ਨੇ ਤੁਹਾਨੂੰ ਲੱਗਦਾ ਅਫਸਰ ਸਾਹੀ ਸਰਕਾਰ ਤੇ ਭਾਰੀ ਹੈ ਅਫਸਰ ਸਾਹੀ ਤੇ ਭਾਰੀ ਕੀ ਅਫਸਰ ਜੀ ਦਾ ਕੰਮ ਹੀ ਕੋਈ ਨਹੀਂ ਕਰਦੀ ਅਫਸਰ ਸਾਹੀ ਨੂੰ ਕਿਹਨੂੰ ਫੜਸ ਫੜਸ ਕਿਵੇਂ ਇਹ ਤਹਿਸੀਲਦਾਰਾਂ ਦੇ ਮੜ ਦੇ ਹੱਥ ਪਾਉਣ ਲੱਗੇ ਸੀ ਉਹ ਕਹਿੰਦੇ ਲਾੜੋ ਜੋ ਦੱਸੋ ਕਿਹੜੀ ਤਹਿਸੀਲ ਚ ਬਿਨਾ ਬਿਨਾ ਪਹਿਨ ਦੇ ਰਜਿਸ ਉਕੇ ਕਿਤੇ ਨੰਨ ਤਜਰਬਾ ਨਹੀਂ ਪਰ ਮੁੱਖ ਮੰਤਰੀ ਕਹਿੰਦੇ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ 3 ਸਾਲ ਦਾ ਤਜਰਬਾ ਮੇਰੇ ਕੋਲੇ 3 ਸਾਲ ਦਾ ਤਜਰਬਾ ਨਾ ਉਹ ਤਜਰਬਾ ਕੀ ਹੈ گورنر ਨਾਲ ਪੰਗਾ ਪਾਈ ਕਰਕੇ ਔਰ ਫਿਰ ਮੁਲਕੇ ਥੱਲੇ ਲੱਗ ਜਾਓ ਆਹ ਦੇਖੋ ਤੁਸੀਂ ਜਨਨ ਨਾ ਇਹ ਸਟਾਰ ਕੰਮ ਕਰਦੀ ਹੈ ਆ ਲੈ ਇਹ ਸਾਰੀਆਂ ਭਗਵੰਤ ਮਾਨ ਦੇ ਦਫ਼ਤਰੀਆਂ ਚਿੱਠੀਆਂ ਨੇ ਇੱਕ ਵੀ ਚਿੱਠੀ ਰਿਜੈਕਸ਼ਨ ਹੋਇਆ ਹੋਵੇ ਤਾਂ ਦੱਸ ਦੇਣਾ ਆ ਲੋ ਠੀਕ ਹੈ ਇਹ ਇਹ ਸਰਕਾਰ ਹੈ ਜਿਹੜੀ ਕੰਮ ਕਰਦੀ ਹੈ ਐਸਐਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰਾਜਦੀਪ ਸਿੰਘ ਖੁੱਲਰ ਕਰਦਾ ਨਿੱਘਾ ਸਵਾਗਤ ਤਾਂ ਅੱਜ ਗੱਲ ਕਰਾਂਗੇ ਸਿਆਸਤ ਦੇ ਉੱਤੇ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਨੇ ਉਹ ਜ਼ਮਾਨਤ ਦੇ ਉੱਤੇ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਜਿਸ ਤਰੀਕੇ ਦੇ ਨਾਲ ਹਰ ਕੋਈ ਲੀਡਰ ਜਦੋਂ ਆਉਂਦਾ ਹੈਗਾ ਉਹਦਾ ਸਵਾਗਤ ਕੀਤਾ ਜਾਂਦਾ ਪਰ ਉਹਨਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਪਾਰਟੀ ਆਫਿਸ ਤੋਂ ਇੱਕ ਜੋ ਸੰਬੋਧਨ ਕੀਤਾ ਉਸ ਦੇ ਵਿੱਚ ਜੋ ਬਿਆਨ ਦਿੱਤਾ ਉਸ ਨੇ ਇੱਕ ਨਵੀਂ ਚਰਚਾ ਸਿਆਸਤ ਦੇ ਅੰਦਰ ਛੇੜ ਦਿੱਤੀ ਆ अरविंद केजरीवाल ਨੇ ਕਿਹਾ ਕਿ ਮੈਂ 2 ਦਿਨਾਂ ਦੇ ਵਿੱਚ ਅਸਤੀਫਾ ਦੇ ਦੇਵਾਂਗਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਤੇ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲੇਗਾ ਵਿਧਾਇਕ ਨਵਾਂ ਮੁੱਖ ਮੰਤਰੀ ਚੁਣਨਗੇ ਇਕੱਲਾ ਆਪਣਾ ਹੀ ਨਹੀਂ ਉਹਨਾਂ ਨੇ ਨਾਲ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਦਾ ਵੀ ਜ਼ਿਕਰ ਕੀਤਾ ਕਿ ਉਹ ਵੀ ਆਪਣੇ ਅਹੁਦੇ ਦੇ ਉੱਤੇ ਨਹੀਂ ਬੈਠਣਗੇ ਹਾਲਾਂਕਿ ਜਿਹੜਾ ਕਾਰਜਕਾਲ ਆ ਦਿੱਲੀ ਵਿਧਾਨ ਸਭਾ ਦਾ ਉਹ ਪੂਰਾ ਹੋਣ ਵਾਲਾ 5 ਮਹੀਨੇ ਰਹਿ ਗਏ ਨੇ ਫਰਵਰੀ 2025 ਤੱਕ ਜਿਹੜਾ ਕਾਰਜਕਾਲ ਪੂਰਾ ਹੋ ਜਾਏਗਾ ਨਵੀਂ ਸਰਕਾਰ ਚੁਣੀ ਜਾਣੀ ਆ ਉਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਉੱਤੇ ਵੀ ਛੱਡਿਆਗਾ ਕਿ ਜੇਕਰ ਲੋਕ ਮੈਨੂੰ ਚਾਹੁੰਦੇ ਹੋਏ ਜੇਕਰ ਲੋਕਾਂ ਦੀ ਅਦਾਲਤ ਨੇ ਨਿਆਂ ਕਰਨਾ ਹੋਇਆ ਤਾਂ ਲੋਕ ਮੈਨੂੰ ਦੁਬਾਰੇ ਮੁੱਖ ਮੰਤਰੀ ਬਣਾ ਦੇਣਗੇ ਇਸੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ अरविंद केजरीवाल ਹੋਰਾਂ ਦੇ ਇਸ ਬਿਆਨ ਨੇ ਬੜੀ ਚਰਚਾ ਛੇੜੀ ਆ ਸਿਆਸਤ ਦੇ ਅੰਦਰ ਇੱਕ ਪਾਸੇ ਨੂੰ ਹਰਿਆਣੇ ਦੀਆਂ ਚੋਣਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈਗਾ ਦੂਜੇ ਪਾਸੇ ਦਿੱਲੀ ਦੀਆਂ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈਗਾ ਅਸੀਂ ਤੁਹਾਡੇ ਤੋਂ ਸਮਝਣਾ ਚਾਹੁੰਦੇ ਆ ਕਿ ਉਹਨਾਂ ਦੇ ਇਸ ਬਿਆਨ ਦੇ ਅਸਲੀ ਅਰਥ ਅਸਲੀ ਮਾਇਨੇ ਕੀ ਨੇ ਦੇਖੋ ਰਵਿੰਦ ਕੇਜਰੀਵਾਲ ਇੱਕ ਬਸਾਤ ਬਚਾਉਣੀ ਜਾਣਦਾ ਹੈ ਉਹਨੂੰ ਪਤਾ ਕਿਹੜੇ ਵੇਲੇ ਕਿਹੜੀ ਗੱਲ ਕਰਨੀ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਉਹ ਕਾਫੀ تھیੈਟ੍ਰੀਕਲ ਕੰਮ ਕਾਫੀ ਗੱਲਾਂ ਕਰ ਸਕਦਾ ਹੈ ਤੇ ਹੁਣ ਵੀ ਜਿਹੜਾ ਉਹ ਕੇਸ ਬਣਾ ਹਾਲਾਂਕਿ ਮੈਂ ਉਸ ਕੇਸ ਨਾਲ ਹੀ ਇਸ ਗੱਲ ਕਰਕੇ ਸਹਿਮਤ ਨਹੀਂ ਹਾਂ ਹੂੰ ਉਹ ਕਿ ਐਕਸਾਈਜ਼ ਪਾਲਿਸੀ ਹੈ ਜਿਹੜੀ ਦਿੱਲੀ ਦੀ ਉਹ ਦਿੱਲੀ ਦੀ ਸਰਕਾਰ ਨੇ ਤੈਅ ਕਰਨੀ ਆ ਨਾ ਕਿ ਕੇਂਦਰ ਨੇ ਹੂੰ ਇਸ ਤਰ੍ਹਾਂ ਤਾਂ ਕੱਲ ਨੂੰ ਕੋਈ ਕਹਾਂਗੇ ਇੱਥੇ ਕੋਈ ਸੜਕ ਬਣੀ ਆ ਇਹਦਾ ਅਸੀਂ ਹਿਸਾਬ ਲਵਾਂਗੇ ਕੋਈ ਸਕੂਲ ਬਣਿਆ ਉਹਦਾ ਹਿਸਾਬ ਫੇਰ ਤਾਂ ਸੂਬੇ ਤੋਂ ਕੁਝ ਰਹੇ ਨਾ ਬਿਲਕੁਲ ਇੱਥੇ ਵੀ ਇੱਥੇ ਵੀ ਬਾਗਚਾ ਆ ਗਿਆ ਜੀ ਬਾਗ ਲਾੜੇ ਜੀ ਆਈਏ ਸਭ ਸਾਰਾ ਚੋਰੀ ਕਰਕੇ ਫਰਾਂ ਜਿੰਨੇ ਜੋ ਵੀ ਕਰਿਆ ਸੂਬਾ ਹੈਗਾ ਦੇਖਣ ਨੂੰ ਹੂੰ ਤੇ ਉਹਦੇ ਨਾਤੇ ਮੈਂ ਸਹਿਮਤ ਨਹੀਂ ਜਿਹੜਾ ਉਹਨਾਂ ਨੂੰ ਫੜਿਆ ਗਿਆ ਉਸ ਟਿੱਕੇ ਨਾਲ ਉਹ ਉਹਨਾਂ ਨੇ ਕੁਝ ਕਰਿਆ ਨਹੀਂ ਕਰਿਆ ਵੱਖਰੀ ਗੱਲ ਹੈ ਪਰ ਸੰਵਿਧਾਨ ਸਾਡਾ ਜਾਤ ਨਹੀਂ ਦਿੰਦਾ ਇਹ ਕਿੱਥੇ ਲਿਖਿਆ ਵੀ ਮੋਦੀ ਸਾਹਿਬ ਹੀ ਇਮਾਨਦਾਰ ਨੇ ਜੇ ਮੋਦੀ ਸਾਹਿਬ ਜਿੱਦੇ ਜਾਣਗੇ ਉਹਦੇ ਨੋਟਬੰਦੀ ਦਾ ਜੋ ਕੁਝ ਨਿਕਲੂਗਾ ਸਾਹਮਣੇ ਮੋਦੀ ਸਾਹਿਬ ਦੇ ਪ੍ਰਤੀ ਤਾਂ ਉਰਜਿਤ ਪਟੇਲ ਜਿਹੜੇ ਗਵਰਨਰ ਆਰਬੀਆਈ ਦੇ ਰਿਜ਼ਰਵ ਬੈਂਕ ਦੇ ਇਹਨਾਂ ਨੇ ਲਾਈ ਸੀ ਉਹਨਾਂ ਨੂੰ ਜਦ ਪੁੱਛਿਆ ਗਿਆ ਜਨਲ ਪਾਰਲੀਮੈਂਟਰੀ ਕਮੇਟੀ ਵੱਲੋਂ ਵੀ ਨੋਟ ਕਿੰਨੇ ਛਪੇ ਸੀ 2000 ਦੇ ਕਹਿੰਦਾ ਮੈਂ ਕੀ ਦੱਸਾਂ ਸਾਡੇ ਕੋਲ ਤਾਂ ਛਪ ਕੇ ਆਈ ਹੀ ਨਹੀਂ ਹੈਗੇ ਨੋਟ ਕਿੱਥੇ ਗਏ ਮੋਦੀ ਸਾ ਬਿਲਕੁਲ ਮੋਦੀ ਸਾਹਿਬ ਕਹਿੰਦੇ ਨੇ ਵੀ ਕਹਿੰਦੇ ਸੀ ਮੈਨੂੰ ਜਿਹੜੇ ਮਰਜੀ ਚਰਾਏ ਚ ਖੜਾ ਲਿਓ 50 ਦਿਨਾਂ ਬਾਅਦ ਮੈਨੂੰ 50 ਦਿਨ ਦੇ ਦੋ ਹੁਣ ਤਾਂ ਕਈ 50 ਦਿਨਾਂ ਲੰਘ ਕੇ ਕਿਹੜੇ ਚਰਾਏ ਚ ਖੜੇ ਨੇ ਹੂੰ ਇਹ ਕਿਤੇ ਲਿਖਿਆ ਵੀ ਮੋਦੀ ਸਾਹਿਬ ਹੀ ਇਮਾਨਦਾਰ ਨੇ ਬਾਕੀ ਬੰਦੇ ਸਭੇ ਈਮਾਨ ਨੇ ਹੂੰ ਇੱਕ ਸਾਦਾ ਤੰਤਰ ਹੈ ਬਿਲਕੁਲ ਉਸ ਤੰਤਰ ਦੇ ਰਹੀ ਅਸੀਂ ਕਰਨਾ ਅਸੀਂ ਤਾਂ ਕਾਤਬੇ ਵੀ ਗੋੜੀ ਨਹੀਂ ਮਾਰ ਸਕਦੇ ਹੂੰ ਸੋ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਇਹ ਗਲਤ ਸੀ ਪਰ ਕੇਜਰੀਵਾਲ ਨੇ ਵੀ ਜਦੋਂ ਉਹਨੂੰ ਜਵਾਨਤ ਮਿਲਿਆ ਜਵਾਨਤ ਸਿਉਦੇ ਤਾਂ ਹੁਣ ਸ਼ਰਤਾਂ ਕੀ ਨੇ 6 ਸ਼ਰਤਾਂ ਲੱਗੀਆਂ ਕਿ ਤੁਸੀਂ ਕੁਰਸੀ ਤੇ ਨਹੀਂ ਬੈਠੋਗੇ ਤੁਸੀਂ ਫਾਈਲ ਨਹੀਂ ਸਾਈਨ ਕਰੋਗੇ ਤੁਸੀਂ ਦਫ਼ਤਰ ਚ ਨਹੀਂ ਜਾਓਗੇ ਤੇ ਫਿਰ ਮੁੱਖ ਮੰਤਰੀ ਕਹਦੇ ਨੇ ਹੂੰ ਫਿਰ ਤਾਂ ਕੰਮ ਜਮੇ ਹੀ ਰੁਕੇ ਰਹਣਗੇ ਇਸ ਕਰਕੇ ਉਹਨਾਂ ਨੇ ਇੱਕ ਤਾਂ ਇਹ ਗੱਲ ਚੰਗਾ ਪੱਤਾ ਖੇਡਿਆ ਕਿ ਹੁਣ ਮਤਲਬ ਉਹਨਾਂ ਨੇ ਇਹਦੇ ਤੇ ਸਟੰਟ ਖੇਡਤਾ ਲੋਕਾਂ ਨੂੰ ਗੁमराह ਕਰਤਾ ਜੀ ਮੈਂ ਇਹਨੂੰ ਸਟੰਟ ਨਹੀਂ ਤੁਸੀਂ ਮੇਰੇ ਮੂੰਹ ਚ ਨਾ ਪਾਓ ਸ਼ਬਦ ਸਟੰਟ ਸਟੰਟ ਸੋੜ ਰਿਹਾ ਉਹਨਾਂ ਨੇ ਆਪਦੇ ਵੱਲੋਂ ਪੱਤਾ ਖੇਡਿਆ ਪੱਤਾ ਤੇ ਸਟੰਟ 'ਚ ਫਰਕ ਹੁੰਦਾ ਹੈ ਹੂੰ ਇਹ ਸਿਆਸਤ ਹੈ ਬਸਾਤ ਹੈ ਜਿਹਨੂੰ ਪਕਾਂ ਚਾਲ ਚੱਲੀ ਹੂੰ ਝਾਰ ਸਤਰੰਜ ਹਮੇਸ਼ਾ ਰਾਜੇ ਖੇਡਦੇ ਸੀ ਇਸ ਤਰ੍ਹਾਂ ਦੀ ਚਾਲ ਹੈ ਵੀ ਕਿਹੜਾ ਸ਼ਾਹ ਤੇ ਮਾਰ ਪੀ ਸੋ ਇਹ ਇਹਨੂੰ ਅਸੀਂ ਸਟੰਟ ਨਹੀਂ ਕਹਾਂਗੇ ਸਟੰਟ ਤਾਂ ਜਿਹੜਾ ਲੋਟਣ ਵਾਲੀਆਂ ਖੰਦ ਨੇ ਉਹ ਕਰਦੇ ਨੇ ਅੱਛਾ ਕੇਜਰੀਵਾਲ ਸਾਹ ਸਟੰਟ ਨਹੀਂ ਕਰਦੇ ਨਾ ਮੈਂ ਇਹਨੂੰ ਸਟੰਟ ਨਹੀਂ ਮੰਨਦਾ ਇਹ ਬਸਾਤ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਅਦਾਲਤ ਫੈਸਲਾ ਕਰੂਗੀ ਹੁਣ ਕਿ ਕੇਜਰੀਵਾਲ ਇਮਾਨਦਾਰ ਆ ਕੇਜਰੀਵਾਲ ਬੇਕਸੂਰ ਆ ਜਾਂ ਨਹੀਂ ਜੇ ਲੋਕ ਚਾਹਣਗੇ ਤਾਂ ਮੈਨੂੰ ਦੁਆਰੇ ਮੁੱਖ ਮੰਤਰੀ ਬਣਾ ਦੇਣਗੇ ਓਹ ਤੁਸੀਂ ਫੇਰ ਉਹ ਕਰ ਲੇ ਪਰ ਇਹ ਵਿਸਾਤ ਹੈ ਤੁਹਾਨੂੰ ਲੱਗਦਾ ਤੀਜੀ ਵਾਰ ਲੋਕ ਮੌਕਾ ਦੇਣਗੇ ਫੇਰ ਇੱਕ ਵਾਰੀ ਤੁਸੀਂ ਸਵਾਲ ਨੂੰ ਜਦ ਮੈਨੂੰ ਗੱਲ ਕਰ ਲੈਣ ਦਾ ਤੁਸੀਂ ਵਿੱਚੋ ਵਿੱਚ ਹੀ ਟੋਕੀ ਜਾਂਦੇ ਹੋ ਗੱਲ ਤਾਂ ਪੂਰੀ ਹੋਣੀ ਨਹੀਂ ਤੁਸੀਂ ਕਰੋ ਪੂਰਾ ਆਪਣਾ ਸੋ ਉਹਨਾਂ ਨੇ ਇੱਕ ਵਿਸਾਤ ਵਿਛਾਈ ਹੈ ਉਹ ਵਿਸਾਤ ਜਿਹੜੀ ਵਿਛਾਈ ਹੈ ਉਹਦੇ ਵਿੱਚ ਜਿਹੜੇ ਬੰਦਿਆਂ ਨੂੰ ਸੰਵਿਧਾਨ ਦੀ ਸਮਝ ਹੈ ਉਹਨਾਂ ਨੂੰ ਪਤਾ ਹੈ ਵੀ ਇਹਦਾ ਕੋਈ ਮਤਲਬ ਨਹੀਂ ਹੈ ਇੱਕ ਪਾਸੇ ਤੋਂ ਕਿਉਂਕਿ ਜੇ ਕੇਜਰੀਵਾਲ ਅਮਰਸਪਾਲ ਜਿੱਤਿਆ ਹੋਇਆ ਠੀਕ ਹੈ ਤੇ ਫਿਰ ਉਹਦੀ ਜਿਹੜਾ ਉਹਦਾ ਗਨਾਹ ਮਾਫ ਹੋ ਗਿਆ ਅਲਕੁੱਤ ਕੋਈ ਕੇਸ ਨਹੀਂ ਹੋ ਅਜੇ ਤੱਕ ਪੁਲਿਸ ਦਾ ਕੇਸ ਹੀ ਹੈ ਨਾ ਜੁਡੀਸ਼ੀਸ ਦਾ ਕੇਸ ਗਿਆ ਨਹੀਂ ਕੋਈ ਬਿਲਕੁਲ ਸੋ ਇਸ ਕਰਕੇ ਚੋਣਾ ਜਿੱਤਣ ਜਾਂ ਹਾਰਨ ਨਾਲ ਗੁਨਾਹ ਨਹੀਂ ਮਾਫ ਹੋ ਜਾਂਦਾ ਸੋ ਜਿਹੜਾ ਕੇਜੀ ਵਾਲ ਸਾਹਿਬ ਦਾ ਇਹ ਕਹਿਣਾ ਹੈ ਕਿ ਜਿਹੜੇ ਲੋਕ ਮੈਨੂੰ ਚਾਹਣਗੇ ਹਮ ਲੋਕ ਵੋਟ ਪਾ ਦੇਣਗੇ ਫਿਰ ਖਤਮ ਹੋ ਜਾਊਗਾ ਉਹਨਾਂ ਦਾ ਕੇਸ ਫਿਰ ਜਿਹੜੀ ਉਹਨਾਂ ਨੇ ਜੇ ਮੰਨ ਲਓ ਉਹਨਾਂ ਨੇ ਕੋਈ ਛੇੜਾਫਰੀ ਕਰੀ ਹੋਵੇ ਫਿਰ ਉਹ ਮਾਫ ਹੋ ਜੂਗੀ ਫਿਰ ਕੋਰਟ ਦਾ ਕੇਸ ਕਸਮੋਜੂਗਾ ਸੋ ਇਸ ਕਰਕੇ ਇਹ ਉਹ ਜੀਆਂ ਗੱਲਾਂ ਲੋਕਾਂ ਨੂੰ ਗੁੰਮਰਾ ਕਰਨ ਦੀਆਂ ਨੇ ਜੱਦ ਤੱਕ ਤੁਸੀਂ ਲੋਕਾਂ ਨੂੰ ਸਹੀ ਪੋਜੀਸ਼ਨ ਨਹੀਂ ਦੱਸਦੇ ਵੀ ਮੈਂ ਹੁਣ ਤਾਂ ਛੱਡਿਆ ਪੰਜ ਮਹੀਨੇ ਰਹਿ ਗਏ ਤੁਹਾਡੇ ਕੰਮ ਰੁਕੇ ਪਏ ਨੇ ਅਸੀਂ ਕਿਸੇ ਨੂੰ ਹੋਰ ਮੁੱਖ ਮੰਤਰੀ ਬਣਾਵਾਂਗੇ ਕਿਉਂਕਿ ਕੋਰਟ ਨੇ ਮੇਰੇ ਤੇ ਸ਼ਰਤਾਂ ਲਾਤੀਆਂ ਇਹ ਕਹਿੰਦੇ ਕੋਈ ਹੱਜ ਨਹੀਂ ਸੀ ਇਹਦੇ ਨਾਲ ਉਹਨਾਂ ਦਾ ਕਦ ਉੱਚਾ ਹੋਣਾ ਸੀ ਪਰ ਉਹ ਕਿਉਂਕਿ ਦੁੱਜੇ ਨੂੰ ਤੇ ਦੱਸਣਾ ਨਹੀਂ ਚਾਹੁੰਦੇ ਵੀ ਕੋਈ ਸਾਡੇ ਹੋਰ ਵੀ ਕੰਮ ਕਰ ਸਕਦੇ ਨੇ ਫਿਰ ਨਾਲ ਹੀ ਕਹਿ ਗਈ ਹੁਣ ਮਨਿਸਟਰ ਦੇ ਅਗੇ ਇੰਝ ਕਰੂਗਾ ਇਹ ਕਿਉਂ ਕਹਿ ਕੇ ਕਿਵੇਂ ਤਾਂ ਕਿ ਮਨਿਸਟਰ ਦੇ ਨੂੰ ਬਣਾਉਣ ਵਾਸਤੇ ਨਾ ਕੋਈ ਕਹ ਦੇ ਵੀ ਨੂੰ ਨਾ ਮੁੱਖ ਮੰਤਰੀ ਮਨੀ ਸ਼ੰਕਰ ਮਨੀ ਸ਼ੰਕਰ ਕਹਿੰਦੇ ਸੀ ਸੋ ਕਾਫੀ ਕੁਝ ਖੇਡਦੇ ਨੇ ਉਹ ਆਪਣੀ ਪਾਰਟੀ ਦੇ ਅੰਦਰ ਵੀ ਬਹੁਤ ਕੁਝ ਖੇਡਦੇ ਨੇ ਸੋ ਇਸ ਕਰਕੇ ਇੱਕ ਤਾਂ ਇਹ ਹੀ ਕਹਿਣਾ ਕਿ ਉਹਨਾਂ ਦਾ ਕਿ ਜੇ ਮੈਨੂੰ ਦਿੱਲੀ ਦੇ ਲੋਕ ਚ ਹੋਣਗੇ ਦਿੱਲੀ ਦੇ ਲੋਕ ਜੇ ਚੌਹਣਗੇ ਵੀ ਉਹਨੂੰ ਜਿਤਾ ਵੀ ਦਿੰਦੇ ਨੇ ਉਹ ਕੇਸ ਫਿਰ ਵੀ ਨਹੀਂ ਖਤਮ ਹੋਣਾ ਫਿਰ ਵੀ ਜੇ ਵਿੱਚ ਰਹਿੰਦੇ ਨੇ ਜਿੰਨਾ ਚਿਰ ਇਹ ਗੱਲ ਦਾ ਕੇਜੀਵਾਲ ਸਾਹਿਬ ਲੜਾਈ ਨਹੀਂ ਕਰਦੇ ਜਿਹੜੀ ਕੋਈ ਨਹੀਂ ਕਰ ਸਕਣਗੇ ਕਿ ਸੂਬਿਆਂ ਦੇ ਆਪਣੇ ਅਧਿਕਾਰ ਨੇ ਉਹ ਤਾਂ ਜਿੱਦੇ ਆਏ ਸੀ ਕੇਜੀਵਾਲ ਸਾਹਿਬ ਨੂੰ ਕੋਈ ਪੁੱਛੇ ਵੀ ਜੇ ਤੁਸੀਂ ਤੁਸੀਂ ਕਹਿੰਦੇ ਅਸੀਂ ਦਿੱਲੀ ਨੂੰ ਪੂਰਾ ਸਟੇਟ ਹੱਥ ਲਵਾਂਗੇ ਛੋਟਾ ਜਿਹੜਾ ਖੋਲ ਹੈਗਾ ਸੀ ਉਹ ਵੀ ਖੋਲਿਆ ਤੁਸੀਂ ਕਿਉਂ ਨਹੀਂ ਬਾਹਰ ਦੇ ਮੈਦਾਨ 'ਚ ਤੁਸੀਂ ਕੀ ਕਰਦੇ ਸੀ ਹਮ ਅਲਜੀ ਨੂੰ ਸਾਰੀਆਂ ਭਾਵਨਾਵਾਂ ਦੇਤੀਆਂ ਤੁਸੀਂ ਕੀ ਕਰਦੇ ਆ ਤੁਸੀਂ ਤਾਂ ਬੋਲੀ ਨਹੀਂ ਫੇਰ ਸ਼ਹੀਨ ਬਾਗ 'ਚ ਇੰਨਾ ਜ਼ਿਆਦਾ ਜ਼ੁਲਮ ਹੋਇਆ ਤੁਸੀਂ ਤਾਂ ਬੋਲੀ ਨਹੀਂ ਤੁਸੀਂ ਤਾਂ ਬਣਾਉਂ ਦਿੱ ਫਰੰਚੀ ਵੀ ਤੁਹਾਡਾ ਹੋਇਆ ਜੀ ਐਟੀਟਿਊਡ ਆ ਤੁਸੀਂ ਕਿਸ ਦਿਨ ਬੋਲਿਓ ਤੁਸੀਂ ਦੱਸਦਾ ਦਿਓ ਨਾ ਵੀ ਤੁਸੀਂ ਲੋਕਾਂ ਦੇ ਤੁਸੀਂ ਨਾ ਤੁਸੀਂ ਸੜਕਾਂ 'ਤੇ ਐਜੀਟੇਸ਼ਨ ਕਰੀ ਆਵੇਂ ਇੱਕ ਦਿਨ ਧਰਨਾ ਮਾਰਦੇ ਇਹ ਹੋਣ ਉਹ ਐਂਟੀ ਜਿਹੜਾ ਹੈਗਾ ਨਾ ਕਰਾਪਸ਼ਨ ਵਾਲੀ ਮੂਵਮੈਂਟ ਨਹੀਂ ਹੈ ਕਰਾਪਸ਼ਨ ਅਗੇਂਸਟ ਇੰਡੀਆ ਨਹੀਂ ਹੈ ਵੀ ਛੋਟੇ ਜਿਹੇ ਕਰ ਲਿਆ ਟਮਟਮ ਆ ਰੌਲਾ ਪਾਤਾ ਹੁਣ ਇਹ ਮੂਵਮੈਂਟ ਆ ਪੋਲੀਟਿਕਲ ਹਮ ਪੋਲੀਟਿਕਲ ਮੂਵਮੈਂਟ ਐ ਐਂਟੀ ਕ腐ਪਸ਼ਨ ਮੂਵਮੈਂਟ 'ਚ ਫਰਕ ਆ ਕ腐ਪਸ਼ਨ ਅਗੇਂਸਟ ਇੰਡੀਆ 'ਚ ਪੋਲੀਟਿਕਲ ਮੂਵਮੈਂਟ ਤੁਹਾਨੂੰ ਪੋਲੀਟਿਕਲ ਖੇਡਣਾ ਪੈਂਦਾ ਪੋਲੀਟਿਕਲ ਤਾਂ ਇਹਨਾਂ ਕੋਈ ਕੰਮ ਕਰਿਆ ਨਹੀਂ ਇਹ ਦੱਸਣ ਜਿੱਦੇ ਇਹਨਾਂ ਨੇ ਪਾਵਰਾਂ ਖੋਈਆਂ ਹਮ ਉਦੋਂ ਕਿਹੜੀ ਕਿਹੜੀ ਇਹਨਾਂ ਨੇ ਐਜੀਟੇਸ਼ਨ ਕਰੀਆ ਜਿੱਦੇ ਸ਼ਹੀਨ ਵਗ ਜੋ ਹੋਇਆ ਉਦੋਂ ਕਿਹੜਾ ਬੋਲਦੇ ਨੇ ਇਹ ਖੁਰ ਜਦ ਤੁਸੀਂ ਮੌਕੇ 'ਚ ਬੋਲੋਗੇ ਨਹੀਂ ਫੇਰ ਠੀਕ ਐ ਫਿਰ ਜੋ ਮਰਜ਼ੀ ਹੋਈ ਜਾਵੇ ਇਹਨਾਂ ਨੇ ਕਿੱਦਾਂ ਕਿਹਾ ਜਿੱਦੇ ਹੱਜਾਂ ਵਾਲਿਆਂ ਦੇ ਉੱਤੇ ਦੋਸ਼ ਲਾਇਆ ਸੀ ਕਿਉਂਕਿ ਉਹਨਾਂ ਨੇ ਕੋਰੋਨਾ ਫਲਾਤਾ ਜਾਂ ਜਿੱਦੇ ਹਜੂਰ ਸਾਹਿਬ ਦੇ ਜਿਹੜੇ ਆਏ ਸੀ ਉਹਨਾਂ ਤੇ ਦੋਸ਼ ਲਾਇਆ ਸੀ ਕਿ ਕੋਰੋਨਾ ਫਲਾਤਾ ਹਜਲ ਤਾਂ ਜਿੱਬੀਚ ਸੀ ਨਾ ਕਿ ਫਿਰ ਇਹ ਬੋਲਦੇ ਕਿਉਂ ਨਹੀਂ ਕਿ ਉਹ ਵੀ ਜਿੱਬੀ ਦੇ ਵਿੱਚ ਹੁੰਦੇ ਨਾ ਕਿ ਆਏ ਸੀਗੇ ਜਿਹੜੇ ਸਿੱਖ ਸਦਾਲਦ ਸੀਗੇ ਇਹ ਇਹ ਮਨਰਟੀ ਦੇ ਹੱਕ ਚ ਬੋਲਦੇ ਕਿਉਂ ਨਹੀਂ ਬਿਲਕੁਲ ਸੋ 370 ਤੋੜੀ ਇਹ ਬੋਲਦੇ ਕਿਉਂ ਨਹੀਂ ਸੋ ਇਹ ਭਾਜਪਾ ਦੀ ਬੋਡੀ ਹੀ ਚੱਲਦੇ ਨੇ ਉਸੇ ਤਰ੍ਹਾਂ ਦੀ ਇਹ ਮਤਲਬ ਇੱਕ ਆਪਣੀ ਬਸਾਤ ਬਚਾਉਂਦੇ ਨੇ ਹੁਣ ਦੂਜਾ ਦੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੁਣ ਇਹ ਰਿਜ਼ਾਈਨ ਕਰਕੇ ਹੀਰੋ ਬਣਨਾ ਹੁੰਦਾ ਕਿਉਂਕਿ 5 ਮਹੀਨਿਆਂ ਬਾਅਦ ਜਾਂ ਚੋਣ ਹੋਊਗੀ ਜਾਂ ਲੋਕਾਂ ਦੇ ਦਿੱਦਿ ਕੱਲ ਹੀ ਸੁਣਨਦੇ ਲੋਕਾਂ ਦੇ ਦਿੱਦਿ ਦੇ ਧਿਆਨ ਹਾਲਾਂਕਿ ਮੈਂ ਉਹਨਾਂ ਨੂੰ ਕੋਈ ਬਹੁਤੀ ਤਰਜੀਹ ਨਹੀਂ ਦਿੰਦਾ ਕਿਉਂਕਿ ਉੱਥੇ ਜਿਹੜਾ ਪੱਤਰਕਾਰ ਹੈ ਅੱਜਕੱਲ ਜਰਨਲਿਜ਼ਮ ਦਾ ਵੀ ਇਹ ਹਾਲ ਹੋ ਗਿਆ ਜੇ ਤੁਸੀਂ ਜਰਨਲਿਸਟ ਨੂੰ ਕੇਜਰੀਵਾਲ ਦੇ ਹੱਕ 'ਚੋਂ ਤਾਂ ਤੁਸੀਂ ਉਹਨਾਂ ਦੀ ਇੰਟਰਵਿਊ ਕਰੀ ਜਾਓਗੇ ਜਿਹੜੇ ਕੇਜਰੀਵਾਲ ਦੇ ਹੱਕ 'ਚ ਬੋਲਣ ਵਾਲੇ ਨੇ ਜੇ ਤੁਸੀਂ ਉਹਨਾਂ ਦੇ ਵਿਰੁੱਧੋਂ ਤਾਂ ਤੁਸੀਂ ਉਹਨਾਂ ਦੀ ਕਰੀ ਜਾਓਗੇ ਜਿਹੜੇ ਉਹਨੇ ਬੋਧ ਨੇ ਕਿ ਇਹ ਇਮਾਨਦਾਰੀ ਨਾਲ ਹੀ ਨਹੀਂ ਬੇਪਰਵਾਹ ਕੰਮ ਕੱਟੇ ਚਲੇ ਜਾਓ ਦੇਖੀ ਜੋ ਜਿਹੜਾ ਹੋਵੇ ਕਿਉਂਕਿ ਤੁਹਾਨੂੰ ਆਮ ਜਦ ਅਸੀਂ ਆਮ ਬਚਪਨ ਚ ਦੇਖਦੇ ਸੀ ਬਈ ਜਦ ਜਿਵੇਂ ਇੱਕ ਆਮ ਬੀਬੀ ਚਾਰ ਵਾਲੀ ਵੀ ਇਮਾਨਦਾਰ ਹੁੰਦੀ ਔਰ ਕਟਚੀ ਮਾਰ ਕੇ ਚੁੱਕਦੀ ਹੈ ਉਹਦੇ ਚ ਜੇ ਦੇਖੇ ਫਿਰ ਹਿਸਾਬ ਨਾਲ ਜਿਵੇਂ ਪੱਕ ਗਈ ਜਾਂ ਨਹੀਂ ਉਹ ਕੋਈ ਐ ਨਹੀਂ ਹੈ ਵੀ ਜਿੱਦੇ ਜੇ ਉੱਤ ਇਧਰ ਦੇਖ ਲਓ ਇੱਥੋਂ ਜੋ ਦੇਖ ਲਓ ਸੋ ਇਸ ਕਰਕੇ ਉਹਨੇ ਜਿਹੜਾ ਹੈਗਾ ਉਹ ਬਹੁਤ ਸਾਰੇ ਇਹ ਵੀ ਨਹੀਂ ਜੀ ਸਾਡਾ ਆਬ ਨਹੀਂ ਹੋਇਆ ਪਾਣੀ ਨਹੀਂ ਫਲਾਣਾ ਨਹੀਂ ਬਹੁਤ ਸਾਰੇ ਬੋਲਦੇ ਨੇ ਬਿਲਕੁਲ ਸਦਾ ਉਹ ਬੀਜੇਪੀ ਵਾਲਿਆਂ ਨਾਲ ਹੀ ਰਾਏ ਹੋਵੇ ਕਿਉਂਕਿ ਗਲਤਾਂ ਇਦਾਂ ਹੀ ਕਰਦੇ ਨੇ ਨਾ ਅੱਜਕੱਲ ਪੱਤਰਕਾਰ ਵੀ ਮੀਡੀਆ ਦੇ ਵਿੱਚ ਵੀ ਜਿਹਨੂੰ ਆਪਾਂ ਕਹਿੰਦੇ ਆ ਗੋਦੀ ਮੀਡੀਆ ਵੀ ਤੇ ਜਿਹਨੂੰ ਆਪਾਂ ਕਹਿੰਦੇ ਇਹਨਾਂ ਦਾ ਸੋ ਕਾਲਡ ਸੱਜੇ ਜਿਹੜੇ ਨੇ ਉਹ ਆਪ ਆ ਲੈਂਦੇ ਵੀ ਹੈਗੇ ਨੇ ਉਹ ਬੀਜੇਪੀ ਦੇ ਵੀ ਹੈਗੇ ਨੇ ਬਿਲਕੁਲ ਸੋ ਇਸ ਕਰਕੇ ਉਹਦੇ ਵਿੱਚ ਜਿਹੜਾ ਕੇਜਰੀਵਾਲ ਨੇ ਜੋ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਹੀ ਇੱਕ ਤੋਂ ਪਹਿਲੇ ਮਹੀਨੇ ਚ ਹੋਣਾ ਤਾਂ ਕੁਝ ਐ ਨਹੀਂ ਸੀ ਜੇ ਉਹ ਕੁਰਸੀ ਮੱਦੀ ਰੱਖਦਾ ਫਿਰ ਤਾਂ ਫੈਸਲੇ ਹੋਣੇ ਨਹੀਂ ਸੀ ਬਿਲਕੁਲ ਫਿਰ ਤਾਂ ਹੋਲੀ ਔਖਾ ਹੁੰਦਾ ਹੂੰ ਇਹ ਉਹਨੇ ਕੋਈ ਲੋਕਾਂ ਦੇ ਵਾਸਤੇ ਉਹਨੇ ਕੋਈ ਐ ਨਹੀਂ ਕਿ ਉਹਨੂੰ ਫੈਸਲਾ ਕਰਨ ਤੋਂ ਤਾਂ ਰੋਕਦਾ ਉਹਨੂੰ ਪਤਾ ਵੀ ਜੇ ਨਾ ਹੋਏ ਚੋਣਾ ਜਾਊ ਕਿਵੇਂ ਕਿਹੜੇ ਮੂੰਹ ਨਾਲ ਜਾਊ ਹੂੰ ਫਿਰ ਉਹਦਾ ਇੱਕ ਨਵਾਂ ਵੀ ਦੇਖੋ ਜੀ ਮੈਂ ਉਹਦਾ ਇਹ ਦੱਸਣਾ ਸੀ ਵੀ ਇਹ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਤੋਂ ਹਟਾ ਨਹੀਂ ਸਕਦੇ ਉਹ ਕਹਿੰਦੇ ਅਸੀਂ ਹਟਾ ਕੇ ਕੀ ਲੈਣਾ ਤੇਰਾ ਕੰਮ ਹੀ ਨਹੀਂ ਹੋਣ ਦੇ ਗੱਲ ਖਤਮ ਬਿਲਕੁਲ ਹੇਮੰਤ ਸੋਰੇਣ ਨੂੰ ਨਹੀਂ ਮਿਲੀ ਸੀ ਜਵੰਤ ਇਹਨੂੰ ਕੇਜਰੀਵਾਲ ਸਾਹਿਬ ਨੂੰ ਮਿਲ ਗਈ ਸੀ ਦਿੱਲੀ ਦੀਆਂ ਚੋਣਾਂ ਚ ਤੇ ਜਿੱਤ ਗਏ ਹੂੰ ਬਿਲਕੁਲ ਮਰਕੇ ਮੈਨੂੰ ਹੁਣੇ ਲੱਗਦਾ ਹੈ ਵੀ ਇਹ ਜਵਾਨ ਤੇ ਪਲਾਨ ਹੋ ਕੇ ਹੋਈ ਹੈ ਇੱਥੇ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਹਰਿਆਣੇ ਦੇ ਵਿੱਚ ਭਾਜਪੀ ਹਾਰ ਰਹੀ ਅਬੂ ਜਿਤਨਾ ਹਮ ਹਰਿਆਣੇ ਚ ਭਾਜਪੀ ਨੂੰ ਲੋੜ ਸੀ ਕਿ ਜਿਹੜੀ ਵਿਰੋਧੀ ਵੋਟਾਂ ਵੰਡੀ ਜਾਵੇ ਹਮ ਕਾਂਗਰਸ ਨਾਲ ਇਹਨਾਂ ਦਾ ਸਮਝਾਤਾ ਨਹੀਂ ਹੋਇਆ ਇਹਨੇ 90 ਦੇ 90 ਖੜੇ ਕਰਤੇ ਉੱਥੇ ਹਮ ਜੇ 90 ਖੜੇ ਕਰੇ ਤਾਂ ਵੋਟੇ ਹੀ ਤੋੜੂਗਾ ਨਾ ਜਿੱਤੇ ਤਾਂ ਤਾਂ ਹੈ ਨਹੀਂ ਆ ਗੁਜਰਾਤ ਚ ਜੋ ਹੋਇਆ ਸੀ ਆਪਾਂ ਦੇਖਿਆ ਹੀ ਹੈ ਗੁਜਰਾਤ ਚ ਇਹਨਾਂ ਨੇ ਇਹੀ ਕੁਝ ਕਰਿਆ ਸੋ ਕੇਸ਼ਵੀਵਾਲਜੀ ਜਿੱਥੇ ਵੀ ਇਹਨਾਂ ਦੀ ਪਾਰਟੀ ਜਿਹੜੀ ਹੈ ਇਹਨਾਂ ਦਾ ਏਮ ਹੀ ਇਹ ਰਹਿੰਦਾ ਵੀ ਆਪ ਇਨਾਂ ਨੂੰ ਕੋਸ਼ਿਸ਼ ਕਰੀਏ ਕਿ ਕਿੰਨੇ ਕ ਹਾਰ ਜਾਂਦੇ ਨੇ ਹੂੰ ਤੇ ਵੱਡਾ ਮੂੰਹ ਖੋਲ ਕੇ ਅੰਦਰ ਵੀ ਸਾਨੂੰ ਇੰਨੀਆਂ ਦਿਓ ਇੰਨੀਆਂ ਦਿਓ ਇੱਥੇ ਵੱਖਰੇ ਲੜਕੇ ਦੇਖ ਲਿਆ ਨਾ ਕਾਂਗਰਸ ਨਾਲੋਂ ਹੂੰ ਕਾਂਗਰਸ ਨੂੰ ਕਹਿੰਦੀ ਇੰਨਾ ਤਾਂ ਇਹ ਇਹਨਾਂ ਦੇ ਮੁੱਖ ਮੰਤਰੀ ਕਹਿੰਦੀ ਭਗਵੰਤ ਮਾਨ ਦੀ 13 ਨਹੀਂ 13 13 ਨਹੀਂ 13 ਕਾਂਗਰਸ ਵੀ 13 ਨਹੀਂ 13 ਕਹਿ ਰਹੀ ਸੀ ਉਹਨਾਂ ਨੇ ਤਾਂ ਫੇਰ 7 ਲੈ ਲੀਆਂ ਫੇਰ ਅੱਧੇ ਤੇ ਪਹੁੰਚ ਗਏ ਠੀਕ ਹੈ ਤੇ ਇਹ ਤਾਂ ਤਿੰਨ ਹੀ ਰਹਿ ਗਏ ਇਹ ਤਾਂ 25% ਵੀ ਨਹੀਂ ਲੈ ਸਕੇ ਫਿਰ 13 ਨਹੀਂ 13 ਕਿੱਥੇ ਗਈਆਂ ਸੋ ਇਸ ਕਰਕੇ ਇਹ ਜਿਹੜੇ ਹੁੰਦੀਆਂ ਨਾ ਠੀਕ ਹੈ ਸਿਆਸਤਦਾਨਾਂ ਨੇ ਬੜਾ ਕੁਝ ਕਹਿਣਾ ਹੁੰਦਾ ਪਰ ਐਨੀ ਗਲਤ ਕੈਲਕੂਲੇਸ਼ਨ ਵੀ ਨਹੀਂ ਕਰੀਦੀ ਹੁੰਦੀ ਜੇ ਤੁਸੀਂ ਇਦਾਂ ਦੀ ਗਲਤ ਕੈਲਕੂਲੇਸ਼ਨ ਆਪ ਦੀ ਚੋਣ ਵੇਲੇ ਕਰ ਦਿਓ ਤੇ ਫਿਰ ਤੁਸੀਂ ਸੂਬੇ ਦੇ ਜਾਂ ਦੇਸ਼ ਦੇ ਵਿਕਾਸ ਦਾ ਪਤਾ ਨਹੀਂ ਕਿੰਦੀ ਗਲਤ ਕਰ ਜੋਗੇ ਕਿਉਂਕਿ ਉਸੇ ਤੋਂ ਤੁਹਾਡਾ ਡਗਿਆ ਨਹੀਂ ਨਹੀਂ ਹੈ ਸੋ ਕੇਜਰੀਵਾਲ ਸਾਹਿਬ ਦਾ ਇਹ ਦਾਅ ਜਿਹੜਾ ਮੇਰੇ ਹਿਸਾਬ ਨਾਲ ਇਹ ਕੋਈ ਬਹੁਤਾ ਸਿੱਧਾ ਨਹੀਂ ਪੈਣ ਵਾਲਾ ਮੈਂ ਤਾਂ ਹਰਿਆਣੇ ਦੀਆਂ ਚੋਣਾਂ 'ਚ ਵੀ ਪੁੱਠਾ ਪਊਗਾ ਇਹਨਾਂ ਤੇ ਹਾਂ ਦਿੱਲੀ 'ਚ ਵੀ ਪਊਗਾ ਉਦਕਰਾਂ ਇਹਨਾਂ ਦੇ ਲੀਡਰ ਜਿਹੜੇ ਨੇ ਉਹ ਕਹਿ ਰਹੇ ਨੇ ਮੈਂ ਉਹਨਾਂ ਦੇ ਬਿਆਨ ਸੁਣਦੇ ਆ ਸੀਗਾ ਵੱਖ-ਵੱਖ ਚੈਨਲਾਂ ਦੇ ਉੱਤੇ ਜਾਂ ਪਲੇਟਫਾਰਮਾਂ ਦੇ ਉੱਤੇ ਜਦੋਂ ਦੇ ਰਹੇ ਸੀ ਉਹ ਕਹਿੰਦੇ ਦੇਖੋ ਕਿੱਡਾ ਇਮਾਨਦਾਰ ਨੇਤਾ ਹੈਗਾ ਦੇਖੋ ਉਹਨੇ ਰਿਜ਼ਾਇਨ ਦਿੱਤਾ ਇਥੋਂ ਨੇ ਸਾਬਤ ਕਰਤਾ ਹੈਗਾ ਵੀ ਸਾਨੂੰ ਅਹੁਦਿਆਂ ਦੀ ਭੁੱਖ ਨਹੀਂ ਸਾਨੂੰ ਕੁਰਸੀਆਂ ਦੀ ਭੁੱਖ ਨਹੀਂ ਲੋਕ ਸਾਨੂੰ ਹਰਿਆਣੇ ਦੇ ਵਿੱਚ ਵੱਡਾ ਬੋਮਾ ਦੇਣਗੇ ਦਿੱਲੀ 'ਚ ਦੁਬਾਰੇ ਵੱਡਾ ਬੋਮਾ ਦੇਣਗੇ ਬੜੇ ਓਵਰ ਕੰਫੀਡੈਂਟ ਹੋ ਕੇ ਉਹ ਬਿਆਨ ਦੇ ਰਹੇ ਨੇ ਦੇਖੋ ਬਿਆਨ ਤਾਂ ਉਹਨਾਂ ਨੇ ਤਾਂ ਬਿਆਨ ਹਮੇਸ਼ਾ ਦੇਵੇਂ ਨੇ ਉਹਨਾਂ ਦੇ ਬਿਆਨ ਓਵਰ ਜੇ ਬਿਆਨ ਨਹੀਂ ਦੇਣਗੇ ਉਹਦਾ ਰਮਨੀਤ ਬਿੱਟੂ ਬਿਆਨ ਦੇ ਜਾਂਦਾ ਰਾਹੁਲ ਗਾਂਧੀ ਦੇ ਖਿਲਾਫ ਕਿਉਂ ਮੋਦੀ ਸਾਹਿਬ ਨੂੰ ਖੁਸ਼ ਕਰਨਾ ਅੱਜ ਕੱਲ੍ਹ ਪਾਰਟੀਆਂ ਪਾਰਟੀਆਂ ਨਹੀਂ ਰਹੀਆਂ ਅੱਜ ਕੱਲ੍ਹ ਪਾਰਟੀ ਦੇ ਨੇਤਾ ਨੂੰ ਖੁਸ਼ ਕਰਨ ਵਾਸਤੇ ਕੁਝ ਵੀ ਕਰਨ ਚਾਹ ਲੈ ਸਿਆਸਦਾਨ ਜਿਹੜੇ ਇਹੀ ਸੇ ਕਰਕੇ ਤਾਂ ਸਾਡਾ ਦੁਖਾਂਤ ਹੋ ਰਿਹਾ ਦੇਸ਼ ਦਾ ਸਿਆਸਦਾਨ ਇਹਨਾਂ ਥੱਲੇ ਚਲਾ ਗਿਆ ਉਹ ਆਪਦੇ ਨਿੱਜ ਤੋਂ ਸਵਾਹ ਕੁਝ ਦੇਖਦਾ ਹੀ ਨਹੀਂ ਉਹਨੂੰ ਤਾਕਤ ਜਿੱਥੇ ਮਿਲੇ ਉੱਥੇ ਭੱਜ ਕੇ ਚਲਾ ਜਾਂਦਾ ਤੁਸੀਂ ਦੱਸੋ ਕਾਂਗਰਸ ਆਰਐਸਐਸ ਦਾ ਕੀ ਮੇਲ ਸੀ ਸਾਰੇ ਕਾਂਗਰਸੀ ਆਰਐਸਐਸ ਚ ਜਾਈ ਜਾਂਦੇ ਨੇ ਬਿਲਕੁਲ ਮੈਂ ਕਹਿੰਦੇ ਅਸੀਂ ਸੈਕੂਲਰ ਹਾਂ ਫੇ ਉੱਥੇ ਜਾ ਕੇ ਪਹਿਲਾਂ ਕਹਿੰਦੇ ਜੀ ਬੀਜੇਪੀ ਕੌਮਨਲ ਪਾਰਟੀ ਆ ਜੀ ਭਗਵਾਂ ਕਰਨ ਕਰਦੀ ਆ ਜੀ ਆ ਜਾਖੜ ਸਾਹਿਬ ਸੀਗੇ ਸੋ ਆਪਾਂ ਕਿੰਨੇ ਕਾਂਗਰਸ ਜਾ ਕੇ ਮੁੜ ਵੀ ਆਏ ਬਿਲਕੁਲ ਸੋ ਇਸ ਕਰਕੇ ਆਪਾਂ ਇਹ ਸਿਆਸਦਾਨਾਂ ਨੂੰ ਐ ਨਾ ਮੰਨੀਏ ਅੱਜ ਦਾ ਜਿਹੜਾ ਸਿਆਸਦਾਨ ਹੈ ਉਹਦੇ ਜੋ ਬਹੁਤੇ ਸਿਆਸਦਾਨ ਸਾਰੇ ਤਾਂ ਨਹੀਂ ਹੈਗੇ ਪਰ ਬਹੁਤ ਸਾਰੇ ਮੌਕਾ ਪ੍ਰਸਤ ਬਣਦੇ ਜਾ ਰਹੇ ਨੇ ਉਹ ਪਰਿਵਾਰੀ ਵਪਾਰੀ ਤੇ ਦਰਬਾਰੀ ਨੇ ਇੱਥੇ ਕਾਂਗਰਸ ਦੇ ਸਿਆਸਦਾਨ ਲੈ ਲਓ ਕਾਦੀਆਂ ਦੇ ਲੈ ਲਓ ਬੀਜੇਪੀ ਦੇ ਲੈ ਲਓ ਆਮ ਆਦਮੀ ਪਾਰਟੀ ਦੇ ਲੈ ਲਓ ਉਹਨਾਂ ਦੇ ਗਾਹਾਂ ਦੀ ਗਾਹਬ ਦੇ ਪਰਿਵਾਰਾਂ ਨੂੰ ਗੇੜਿਆ ਰਹੇ ਨੇ ਆ ਜਿਹੜੇ ਨਵੇਂ ਆਏ ਨੇ ਇਹ ਵੀ ਬਈਨਾ ਤੁਸੀਂ ਕੋਈ ਸੋਚੂਗਾ ਵੀ ਆਪਾਂ ਲੈ ਕਿੱਥੋਂ ਹੋਗੇ ਆਪਾਂ ਆਲਾ ਸਾਧੂ ਸਿੰਘ ਸੀ ਐਮਐਲਏ ਐਮਪੀ ਪੂਰੀ ਬੇਟੀ ਆ ਹੋਣਾ ਮਿਨਿਸਟਰ ਡਾਕਟਰ ਬਲਜੀਤ ਕੌਰ ਹਾਂ ਉਹ ਹੋਗੇ ਨਾ ਪੂਰੀ ਦਰ ਪੂਰੀ ਚੱਲਦੇ ਆ ਹੁੰਦਾ ਆ ਅਗਲੀ ਪੀੜੀ ਤਾਂ ਹੁਣ ਆਉਣੀ ਹੋਈ ਐ ਨਾ ਜੇ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਲੜੋ ਬੀਜੇਪੀ ਦੇ ਕਾਲਿਆ ਸਾਹ ਹੋਰ ਇਹਨਾਂ ਦੇ ਟੰਡਨ ਸੀਗੇ ਉਹ ਟੰਡਨ ਹੁਣ ਦੂਜੇ ਪਾਸੇ ਲੜਗੇ ਉਹ ਵੀ ਬੀਜੇਪੀ ਉਹਦੇ ਵੀ ਅਗਲੀ ਪੀੜੀ ਚੱਲ ਰਹੀ ਆ ਇਹ ਤੇ ਅਕਾਲੀਆਂ ਦੀ ਦੱਸੋ ਕਿਹੜਾ ਹੀ ਲੀਡਰ ਅਕਾਲੀਆਂ ਦਾ ਜਿਹਦੀ ਅਗਲੀ ਪੀੜੀ ਨਹੀਂ ਆ ਰਹੀ ਠੇਕਵਾਨ ਸਾਹਿਬ ਦਾ ਮੁੰਡਾ ਸੀ ਉਹ ਦੂਜਾ ਮਾਨ ਜਿੰਦਾ ਸੁਖੀਰ ਬਾਦਲ ਹੋਰਾਂ ਦਾ ਲੈ ਲਓ ਇਹ ਬਰਮਪੁਰਾ ਫਰੰਦ ਦਾ ਲੈ ਲਓ ਸਗਦੇ ਸਿੰਘ ਢੀਂਸਾ ਦਾ ਲੈ ਲਓ ਫਿਰ ਅਮਰਸਰ ਅਕਾਲੀ ਦਲ ਦੇ ਵਿੱਚ ਮਾਨ ਸਾਹਿਬ ਦਾ ਲੈ ਲਓ ਤੁਸੀਂ ਕੋਈ ਅਕਾਲੀ ਦਲ ਦਾ ਕੱਢ ਲਓ ਤੁਹਾਨੂੰ ਲੱਗੇਗਾ ਵੀ ਉਹੀ ਨੇ ਕਾਂਗਰਸੀਆਂ ਚ ਲੈ ਲਓ ਹਰ ਪਾਰਟੀ ਦਾ ਲੀਡਰ ਇਹੀ ਕਰ ਰਿਹਾ ਹੈ ਠੀਕ ਹੈ ਸੋ ਇਹ ਪਰਿਵਾਰ ਦੇ ਵਿੱਚ ਪਰਿਵਾਰ ਬਾਪ ਤੇ ਜਾ ਰਹੇ ਨੇ ਸਾਰੇ ਵਪਾਰੀ ਨੇ ਬਿਲਕੁਲ ਵਪਾਰ ਕਰ ਰਹੇ ਨੇ ਔਰ ਕਿਸੇ ਬੰਦੇ ਨੂੰ ਪਾਰਟੀ ਚੋਂ ਛਾੜ ਮਾਰਨ ਚ ਕੋਈ ਚੀਜ਼ ਨਹੀਂ ਆ ਇਹ ਦਲ ਬਦਲੂ ਬੜਾ ਚੱਲ ਪਿਆ ਜੀ ਤੇ ਇਹ ਠਾ ਵੀ ਹੁਣ ਤਾਂ ਜਹਾਜ ਦਬਹੇ ਉਧਰ ਆ ਬੀਜੇਪੀ ਚ ਕਿੰਨੇ ਟ੍ਰੈਨਰ ਹੋ ਜ ਆ ਜੀ ਬੀਜੇਪੀ ਚ ਜ਼ਿਆਦਾ ਸੰਕਟ ਹੈ ਇਹ ਸਾਰਾ ਕੇਜੀ ਵੱਲੋਂ ਦੇਖਾਂਦਾ ਹੀ ਉਹ ਸੰਕਟ ਨੂੰ ਮੈਨੇਜ ਕਰਨ ਵਾਸਤੇ ਤਰੀਕੇ ਨਾਲ ਮਨੋਬੀ বিজেপি ਨੇ ਆਪਦੇ ਫਾਇਦੇ ਦੇ ਲਈ ਜਿਹੜਾ ਇਹ ਪ੍ਰੀਤ ਤੁਸੀਂ ਮੈਨੂੰ ਮੰਨਦੇ ਹੋ ਕੈਕਕਿਊਲੇਸ਼ਨ ਤੁਹਾਡੀ ਇਹ ਕਹਿੰਦੀ ਹੈ ਕਿ বিজেপি ਨੇ ਹਰਿਆਣਾ ਚ ਆਪਦੇ ਫਾਇਦੇ ਲਈ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਆਹੇ ਪਲਾਨ ਹੋ ਸਕਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ বিজেপি ਦੇ ਨੇਤਾ ਤੇ ਇੱਕ ਵੱਡੀ ਮਾਈਕੋ ਚੈਨਲ ਦੇ ਉੱਤੇ ਸੀ ਵੱਡਾ ਚੈਨਲ ਹੈ ਉੱਥੇ ਇਹਨਾਂ ਦੇ ਵੀ ਵੀਰ ਨੇ ਨੇਤਾ ਕਹੇ ਦੂਜੇ ਦਿਨਾਂ ਦੀ ਫੈਸਲਾ ਹੋਣਾ ਸੀ ਕੋਰਟ ਦਾ ਕਹਿੰਦੇ ਸਾਡੀ ਗੱਲ ਹੋ ਗਈ ਕੱਲ ਨੂੰ ਆ ਫੈਸਲਾ ਹੋ ਗਈ ਤਾਂ ਇੱਥੇ ਤੱਕ ਪਹੁੰਚ ਗਏ ਹੁਣ ਤਾਂ ਅੱਛਾ ਜੀ ਹੁਣ ਤਾਂ ਕੋਰਟ ਦਾ ਫੈਸਲਾ ਚੈਨਲ ਤੇ ਬੈਠ ਕੇ ਕੀ ਹੈ ਉਸਨੇ ਕਹਿੰਦਾ ਸਾਡੀ ਗੱਲ ਹੋ ਗਈ ਹੈ ਹੁਣ ਸਕਿਤੇ ਰਣਾ ਜੇ ਚੀਫ ਜਸਟਿਸ ਸਾਹਿਬ ਦੇ ਘਰ ਮੋਦੀ ਸਾਹਿਬ ਪੂਜਾ ਕਰਦੇ ਨੇ ਪੂਜਾ ਤਾਂ ਉਹਨਾਂ ਦਾ ਨਿੱਜੀ ਮਾਮਲਾ ਸੀ ਚੀਫ ਜਸਟਿਸ ਦਾ ਮੋਦੀ ਸਾਹਿਬ ਕਦੇ ਵਸਤੇ ਗਏ ਨੇ ਉੱਥੇ ਬਿਲਕੁਲ ਜੇ ਉਹਨਾਂ ਨੇ ਬੁਲਾਏ ਨਹੀਂ ਜੇ ਤਾਂ ਬੁਲਾਏ ਕਿਉਂ ਨੇ ਹੂੰ ਸੋ ਜੇ ਮੋਦੀ ਸਾਹਿਬ ਥਾੜੀ ਲੈ ਕੇ ਪੂਜਾ ਕਰਦੇ ਨੇ ਤੇ ਮੋਦੀ ਸਾਹਿਬ ਰਾਮ ਮੰਦਰ ਵੀ ਮੋਦੀ ਸਾਹਿਬ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੋਦੀ ਸਾਹਿਬ ਕਹਿੰਦੇ ਹਿੰਦੂਆਂ ਦੇ ਪ੍ਰਧਾਨ ਮੰਤਰੀ ਨੇ ਜਾਂ ਫਿਰ ਕਹੇ ਨਾ ਵੀ ਮੈਂ ਤਾਂ ਹਿੰਦੂਆਂ ਦਾ ਪ੍ਰਧਾਨ ਮੰਤਰੀ ਆ ਭਾਈ ਇੱਥੇ ਬਾਕੀ ਨਹੀਂ ਮੈਂ ਰਹਿੰਦੇ ਲਾ ਹੂੰ ਜਾਂ ਤਾਂ ਇਹ ਕਹਿ ਦੇਣਾ ਸੋ ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦੀ ਪਰਵਾਬ ਜੀ ਸਿਆਸਤ ਵਪਾਰ ਦੀ ਸਿਆਸਤ ਤੇ ਅਸੂਲਾਂ ਦੀ ਸਿਆਸਤ ਖਤਮ ਹੁੰਦੀ ਜਾ ਰਹੀ ਹੈ ਅਸੀਂ ਕਹਿੰਦੇ ਜਰੂਰ ਆ ਬੇਸੇ بڑے ਅਸੂਲਾਂ ਵਾਲੇ ਬੰਦਿਆਂ ਅਸੀਂ ਤਾਂ ਸਦਾ ਦਾ ਕੋਈ ਅਸੂਲ ਨਹੀਂ ਹੈ ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਦੋ ਉੱਥੇ ਕੇਜਰੀਵਾਲ ਨੂੰ ਕਹਿੰਦੇ ਨੇ ਜਿਹੜਾ ਸੁਖਪਾਲ ਖੈਰ ਨੂੰ ਅੰਦਰ ਕਰਿਆ ਸੀ ਇਹਨਾਂ ਨੇ ਬਿਲਕੁਲ ਜਦੋਂ ਦੀ ਜਵਾਂਤੋਗੀ ਫਿਰ ਦੁਬਾਰਾ ਅੰਦਰ ਕਰਤਾ ਸੀ ਉਹ ਉਹ ਕਿਹੜੀ ਇਮਾਨਦਾਰੀ ਸੀ ਇਹਨਾਂ ਦੀ ਹਾਂ ਆਪ ਵੀ ਤਾਂ ਹੋਈ ਕੁਛ ਕਰ ਰਹੇ ਨਾ ਜਦ ਤੱਕ ਦੱਸ ਨਾ ਵੀ ਆਪ ਨਹੀਂ ਕਰ ਰਹੇ ਜਿਹੜਾ ਇਹਨਾਂ ਨੇ ਆਪ ਦਾ ਮੰਤਰੀ ਕੱਢਿਆ ਸੀ ਸਹੀ ਤੋ ਹਲਾ ਤੇ ਉਹਦੇ ਚ ਮੁੜ ਕੇ ਕੀ ਕਰਿਆ ਉਹ ਤਾਂ انہੀ ਪਾਰਟੀ ਦਾ ਹੀ ਆ ਤੇ ਉਹਦੇ ਭਗਵਾਨ ਜੀ ਮੇਰੇ ਕੋਲ ਵਿਲੀਵਾ ਜੀ ਮੇਰੇ ਕੋਲ ਪੱਕਾ ਸਬੂਤ ਹੈ ਜੀ ਸਬੂਤ ਨੇ ਮੇਰੇ ਕੋਲ ਸੋ ਇਸ ਕਰਕੇ ਇਹ ਲੋਕਾਂ ਨੂੰ ਹੀ ਦੱਸਣ ਵਾਲੇ ਨੇ ਇਹ ਪਾਰਟੀ ਵੀ ਦਿਫਰੈਂਸ ਪਾਰਟੀ ਬੜੀ ਆਮ ਹੁਣ ਆਮ ਨਹੀਂ ਹੈ ਇਹ ਹੁਣ ਇਹ ਖਾਸੋ ਖਾਸ ਹੈ ਮਤਲਬ ਹੁਣ ਤਾਂ ਵੱਡੇ ਵੱਡੇ ਟਰਾਂਸਪੋਰਟਰ ਵੀ ਆਉਣ ਲੱਗੇ ਕਿਉਂਕਿ ਮੈਂ ਮੈਂ ਰੋਜ਼ ਦੇਖਦਾ ਮੈਂ ਹਰ ਰੋਜ਼ ਦੇਖਦਾ ਟ੍ਰਾਂਸਪੋਰਟਰ ਕੀ ਜਿੰਨੇ ਇਹਨਾਂ ਨੇ ਐਮਪੀ ਬਣਾਏ ਹੋਰ ਕਰੇ ਜੋ ਵੀ ਕਰਦੇ ਨੇ ਉਹ ਉੱਥੇ ਆਪਦੇ ਤਰੀਕੇ ਨਾਲ ਹੀ ਕਰ ਰਹੇ ਨੇ ਜਿਨ੍ਹਾਂ ਨੇ ਜੋ ਕੁਛ ਇਹਨਾਂ ਦੀ ਉਸ ਦੇ ਵਿੱਚ ਇੱਛੇ ਕਹਿੰਦੇ ਅਸੀਂ ਬੜੇ ਹੋਆ ਜਿੰਨੀਆਂ ਭਰਤੀਆਂ ਹੋਈਆਂ ਨੇ ਸਾਰੀਆਂ ਚ ਠੱਗੀ ਚੱਲੀ ਹੈ ਦੱਸ ਦੇ ਨਾ ਜੇਹੀ ਹੀ ਭਰਤੀ ਹੋਈ ਕੱਲੇ ਆਕਾ ਗਰਵੈਲਟ ਚ ਆਏ ਨੇ ਸੀਨੀਅਰ ਸਹਾਕਾਂ ਦੀ ਭਰਤੀ ਹੋਈ ਉਹਦੇ ਚ ਇੱਕ ਗਰਵੈਲਟ ਚ ਆਏ ਨੇ ਏਡੀਓ ਦੀ ਭਰਤੀ ਹੋਈ ਫਿਰ ਇੱਕ ਉਹ ਆਪਣੇ ਸੀਗੇ ਪਬਲਿਕ ਐਨਾਲਿਸਟ ਦੀ ਸੀ ਤਸੀਲਦਾਰਾਂ ਦੀ ਭੜਤੀ ਹੋਈ ਉਹ ਸਾਰੀ ਉਥੋਂ ਆਏ ਫਿਰ ਉਹ ਰੱਦ ਵੀ ਕਰਨੀ ਪਈ ਉਹੀ ਜਿੱਥੇ ਸਾਰਾ ਦਿਨ ਹੀ ਟੋਲੇ ਰਹਿ ਰਹੀ ਚੱਲ ਰਹੀ ਹੈ ਤੁਸੀਂ ਠੀਕ ਹੈ ਲੋਕਾਂ ਨੂੰ ਜੋ ਮਰਜ਼ੀ ਕਹੀ ਜਾਓ ਅਰੇ ਤਾਂ ਕਹਿੰਦਾ ਜ਼ੀਰੋ ਟੋਲਰੈਂਸ ਦੀ ਸਰਕਾਰ ਆ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਸੀ ਨੌਕਰੀ ਤੇ ਚੜਾਤਾ ਇਨੀ ਐਡਵਰਟਾਈਜ਼ਮੈਂਟ ਹੋ ਰਹੀ ਆ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਬੋਰਡ ਲੱਗੇ ਪਏ ਆ ਪੰਜਾਬ ਦੇ ਵਿੱਚ ਵੱਡੇ ਵੱਡੇ ਜਗ੍ਹਾ ਜਗ੍ਹਾ ਤੇ ਬੋਰਡ ਦਿਖ ਰਹੇ ਆ ਫਿਰ ਉਹ ਸਾਰਾ ਕੁਝ ਕੀ ਆ ਜੀ ਬੋਰਡ ਲਾਉਣ ਦੀ ਕੀ ਲੋੜ ਐ ਜੇ ਤੁਸੀਂ ਕੰਮ ਕਰਿਆ ਫਿਰ ਬੋਰਡ ਦੀ ਤਾਂ ਕੋਈ ਲੋੜ ਨਹੀਂ ਹੁੰਦੀ ਹੂੰ ਇਹ ਤਾਂ ਬੋਰਡ ਲਾਉਂਦੇ ਫਿਰਦੇ ਨੇ ਮੈਂ ਕਦੇ ਆਪਣੀ ਨੈਮ ਪਲੇਟ ਵੀ ਨਹੀਂ ਲਾਈ ਸੀ ਜੇ ਤਾਂ ਵੀ ਲੋਕਾਂ ਨੂੰ ਪਤਾ ਹੁੰਦਾ ਸੀ ਜਦ ਲੋਕਾਂ ਦੇ ਕੰਮ ਹੋਣਗੇ ਉਹਨਾਂ ਨੇ ਕੀ ਲੈਣਾ ਅੰਦਰ ਕੌਣ ਬੈਠਾ ਹੈ ਬਿਲਕੁਲ ਉਹਨਾਂ ਨੇ ਪਤਾ ਵੀ ਇਹ ਰਜਿਸਟਰਾਰ ਦਾ ਦਫ਼ਤਰ ਹੈ ਉਹ ਰਜਿਸਟਰਾਰ ਏ ਹੋਵੇ ਬੀ ਹੋਵੇ ਜਿਹੜਾ ਉਹਨਾਂ ਦਾ ਕੰਮ ਹੁੰਦਾ ਉਹ ਕਹਿੰਦੇ ਰਜਿਸਟਰਾਰ ਚੰਗਾ ਜਿਹੜਾ ਮਰਜ਼ੀ ਹੋਵੇ ਜਿਹਨਾਂ ਦਾ ਕੰਮ ਨਹੀਂ ਹੁੰਦਾ ਉਹ ਭਾਵੇਂ ਦੇਵਤਾ ਬਣ ਕੇ ਬੈਠਾ ਰਹੇ ਉਹ ਪੂਜਾ ਪਾਠ ਕਰੀ ਜਾਵੇ ਉਹਨਾਂ ਨੂੰ ਚਾਹ ਪਾਣੀ ਪੜਾਈ ਜਾਵੇ ਉਹਨਾਂ ਨੂੰ ਜੀ ਜੀ ਕਰੀ ਜਾਵੇ ਉਹਨਾਂ ਨੂੰ ਉੱਠ ਕੇ ਮਿਲ ਲੈ ਜੇ ਕੰਮ ਹੀ ਨਹੀਂ ਹੋਣਾ ਫਿਰ ਉਹਨਾਂ ਨੇ ਕਹਿੰਨਾ ਅਸੀਂ ਕੀ ਲੈਣਾ ਸੋ ਸਵਾਲ ਇਹ ਹੁੰਦਾ ਕੰਮ ਬੋਲਦਾ ਹੁੰਦਾ ਇਹ ਕਹਿੰਦੇ ਸਾਡਾ ਕੰਮ ਬੋਲੋ ਕੰ ਇਹਨਾਂ ਦਾ ਬੋਰਡ ਬੋਲਦੇ ਨੇ ਸੋ ਇਸ ਕਰਕੇ ਹੀ ਜਿਪ ਦੇਖਾ ਨਾ ਪੜਖੀਏ ਅੱਜ ਸਾਡੇ ਸਿਸਟਮ ਦੇ ਵਿੱਚ ਸਾਡਾ ਸਿਆਸਦਾਨ ਸੁਚਿਤ ਉਹਨਾਂ ਨੇ ਤਾਂ ਹੁਣ ਕੀ ਕਰਿਆ ਤੁਸੀਂ ਕਹਿੰਦੇ ਹੋ ਵੀ ਅਸੀਂ ਜਾ ਨੌਕਰੀਆਂ ਇਹਨਾਂ ਨੇ ਇੱਕ ਪੰਜਾਬ ਵਿਕਾਸ ਕਮਿਸ਼ਨ ਬਣਾਇਆ ਕਿਉਂਕਿ ਇਹਨਾਂ ਦਾ ਆਈਟੀ ਸੈੱਲ ਮੈਂ ਤਾਂ ਦੇਖਦਾ ਕਿਸੇ ਨੇ ਪਾਇਆ ਹੋਇਆ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕਹਿੰਦੇ ਤਾਂ ਸੀਓ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਉਹ ਹੀ ਫੈਸਲਾ ਕਰ ਸਕਦੇ ਨੇ ਜੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਸੀਓ ਨੇ ਫੈਸਲਾ ਕਰਾਇਆ ਸੀ ਆ ਜਿਹੜੇ ਸੀਗੇ ਖੇਤੀ ਬਿਲ ਫੇਰ ਵਾਪਸ ਕਿਉਂ ਆਈ ਸੀ ਬਿਲਕੁਲ ਵੱਡੀਆਂ ਵੱਡੀਆਂ ਕੰਪਨੀਆਂ ਦੀ ਸੀ ਉਹ ਵੱਡੀਆਂ ਵੱਡੀਆਂ ਕੰਪਨੀਆਂ ਸੀ ਤਾਂ ਆਪ ਦਾ ਖਰੀਦਣ ਦਾ ਕੰਮ ਕਰਨਗੇ ਉਹ ਤਾਂ ਦੇਸ਼ ਨੂੰ ਵੇਚਣਗੇ ਉਹ ਤਾਂ ਪੰਜਾਬ ਨੂੰ ਖਰੀਦਣਗੇ ਇਹਨਾਂ ਨੇ ਹੁਣੀ ਇੱਕ ਪੰਜਾਬ ਵਿਕਾਸ ਕਮਿਸ਼ਨ ਬਣਾਇਆ ਹੂੰ ਉਹਦੇ ਵਿੱਚ ਜਿੰਨੇ ਬੰਦੇ ਲਾਇਨੇ ਕਾਰਪੋਰੇਟ ਸੈਕਟਰ ਦੇ ਲਾਇਨੇ ਨਾਨ ਪੰਜਾਬੀ ਨੇ ਸਾਰੇ ਹੂੰ ਉਹਦੇ ਚ ਚੇਅਰਮੈਨ ਖੁਦਾ ਭਵਨਤਮਾਨ ਇੱਕ ਵਾਈਸ ਚੇਅਰਮੈਨ ਆਈਏ ਤਿੰਨ ਮੈਂਬਰ ਲਾਇਨੇ ਤੇ ਅੱਗੋ 8 ਫੈਲੋ ਲਾਇਨੇ ਤੇ ਕੁਝ ਉਹਨਾਂ ਐਡਵਾਈਜ਼ਰ ਜੁਆਇੰਟ ਐਡਵਾਈਜ਼ਰ ਤੇ ਰਿਸਰਚ ਫੈਲੋ ਦੀਆਂ ਪੋਸਟਾਂ ਕੱਢੀਆਂ ਨੇ ਉਹਨਾਂ ਇੰਟਰੀ ਵਿੱਚ ਕੁਝ ਹੋ ਗਈਆਂ ਕੁਝ ਹੋਣੀਆਂ ਨੇ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਮੈਂ ਪੰਜਾਬ ਲਈ ਚਿੰਤਤ ਬਹੁਤ ਹਾਂ ਹੁਣ ਉਹ ਪਿੱਛੇ ਜੇ ਮਾਲਵੇ 'ਚ ਜਾ ਕੇ ਆਏ ਨੇ ਇੱਕ ਨਹਿਰ ਕੱਢ ਰਹੇ ਆ ਕਹਿੰਦੇ ਅਸੀਂ ਕਿਦਰਪਾ ਮਕਸਰ ਵਾਲਿਆਂ ਨੂੰ ਬੜਾ ਫਾਇਦਾ ਹੋਊਗਾ ਨਹੀਂ ਦੇਖੋ ਐ ਨਾ ਕਰੀਏ ਆਪਾਂ ਵੀ ਉਹ ਨਹੀਂ ਉਹ ਨਹਿਰ ਕੱਢਣ ਦਾ ਫਾਇਦਾ ਹੋਊਗਾ ਉਹ ਕੋਈ ਮੁੱਖ ਮੰਤਰੀ ਗੱਲ ਨਹੀਂ ਕਰ ਰਹੇ ਨਹਿਰੀ ਪਾਣੀ ਦੇ ਉੱਤੇ ਜਿਹੜਾ ਇਹ ਸਰਕਾਰ ਨੇ ਕੰਮ ਕਰਿਆ ਉਹ ਪਹਿਲੀਆਂ ਸਰਕਾਰਾਂ ਨੇ ਨਹੀਂ ਕਰਿਆ ਸੀ ਹੁਣ ਉਹ ਆਪੋਜੀਸ਼ਨ ਤੋਂ ਵੀ ਨਹੀਂ ਮੰਨਣ ਨੂੰ ਤਿਆਰ ਬਹੁਤ ਸਾਰੇ ਲੋਕ ਉਹਦਾ ਵਿਰੋਧ ਕਰ ਰਹੇ ਨੇ ਉਹੋ ਵਿਰੋਧ ਤਾਂ ਬਥੇਰੇ ਬਜ਼ੁਰਗ ਤਾਂ ਰੋਜ਼ ਹੀ ਚੱਲਦਾ ਹੈ ਵਿਰੋਧ ਤਾਂ ਵਿਰੋਧ ਚੋਂ ਆਏ ਜੀ ਸਵਾਲ ਇਹ ਹੈ ਵੀ ਜਿਹੜੀ ਨਹਿਰ ਕੱਢ ਰਹੇ ਨੇ ਉਹਦਾ ਕਿਸਾਨਾਂ ਨੂੰ ਜਾਨਾ ਨਾ ਪਾਣੀ ਤਾਂ ਪੰਜਾਬ ਦੇ ਨੂੰ ਮਿਲਣਾ ਪਹਿਲਾਂ ਬਾਕੀ ਨਹਿਰੀ ਪਾਣੀ ਵੀ ਬਾਕੀ ਨਹਿਰਾਂ ਚੋਂ ਪਾਣੀ ਨਹਿਰਾਂ ਸੁਕਾਤੀਆਂ ਸੀ ਇਹਨਾਂ ਨੇ ਬੰਦ ਕਰ ਰੱਖਿਆ ਸੀ ਪਰ ਬਾਕੀ ਸਰਕਾਰਾਂ ਨੇ ਉਹਦਾ ਕਾਰਨ ਜੋ ਮਰਜ਼ੀ ਕਹਿ ਲੋ ਤੇ ਹੁਣ ਉਹ ਨਹਿਰਾਂ ਚਲਾਈਆਂ ਨੇ ਇਹ 'ਚ ਕੋਈ ਸ਼ੱਕ ਨਹੀਂ ਹੈ ਨਹਿਰੀ ਪਾਣੀ ਨਾਲ نئے ਅੰਕੜੇ ਦੇਖ ਰਿਆ ਸੀ ਨਹਿਰੀ ਪਾਣੀ ਨਾਲ ਸਿੰਚਾਈ ਪੰਜਾਬ 'ਚ ਵਧੀ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਉਹਨੂੰ ਆਪਾਂ ਐ ਨਾ ਨਾ ਮਿਲਿਆ ਐ ਛੋੜੋ ਵੀ ਆਪ ਸਰਕਾਰ ਨੇ ਜਮੇ ਕੁਝ ਨਹੀਂ ਕਰਿਆ ਜਿਹੜਾ ਬੰਦਾ ਇਹ ਕਹਿੰਦਾ ਵੀ ਆਪ ਸਰਕਾਰ ਨੇ ਤਾਂ ਬਿਲਕੁਲ ਹੀ ਕੁਝ ਨਹੀਂ ਕਰਿਆ ਉਹ ਵੀ ਗਲਤ ਉਹ ਵੀ ਗਲਤ ਜਿਹੜਾ ਕਹਿੰਦਾ ਜਿਹਨੇ ਤਾਂ ਬਸ ਇਹਨੇ ਤਾਂ ਬਦਲਦਾ ਸਾਰਾ ਜ਼ਮਾਨਾ ਇਹ ਤਾਂ ਹੁਣ ਸਾਰਾ ਬਗਵਾਗ ਹੋ ਗਈ ਉਹ ਵੀ ਗੱਲ ਤਾਂ ਹਾਂ ਇਹ ਗੱਲ ਮੈਂ ਕਹਿਣ ਚਾਹ ਰਾਂ ਵੀ ਆਪ ਪਾਰਟੀ ਦੀ ਸਰਕਾਰ ਨੇ ਸਾਡੇ ਸੰਸਥਾਗਤ ਢਾਂਚੇ ਨੂੰ ਉਹਨਾਂ ਹੀ ਉਸੇ ਤਰ੍ਹਾਂ ਹੀ ਜ਼ਿਆਦਾ ਨੁਕਸਾਨ ਪਹੁੰਚਾਇਆ ਜਿਵੇਂ ਮੋਦੀ ਸਾਹਿਬ ਨੇ ਦੇਸ਼ ਦੇ ਨੂੰ ਪਹੁੰਚਾਇਆ ਇਹ ਕਹਿੰਦੇ ਵੀ ਕੋਈ ਸੰਸਥਾ ਰਹਿ ਨਹੀਂ ਦਿੱਤੀ ਇਹ ਗੱਲ ਕਹੀ ਜਾ ਰਹੀ ਹੈ ਕਿ ਕਹਿੰਦੇ ਅਫਸਰ ਸਾਹੀ ਸਰਕਾਰ ਤੇ ਬਹੁਤ ਭਾਰੀ ਹੈ ਤੁਹਾਨੂੰ ਲੱਗਦਾ ਅਫਸਰ ਸਾਹੀ ਸਰਕਾਰ ਤੇ ਭਾਰੀ ਹੈ ਅਫਸਰ ਸਾਹੀ ਤੋਂ ਭਾਰੀ ਕੀ ਅਫਸਰ ਜਿਹੜਾ ਕੰਮ ਹੀ ਕੋਈ ਨਹੀਂ ਕਰਦੀ ਅਫਸਰ ਸਾਹੀ ਨੂੰ ਕਿਹਨੂੰ ਫੜ ਸਕਦੇ ਨੇ ਇਹ ਤਸਵੀਰਦਾਰਾਂ ਦੇ ਵੱਲ ਦੇ ਹੱਥ ਪਾਉਣ ਲੱਗੇ ਸੀ ਉਹ ਕਹਿੰਦੇ ਲਾੜੋ ਜੋਰ ਹੂੰ ਦਸੋਕਲੀ ਤਸਵੀਲ ਚ ਬਿਨਾ ਬਿਨਾ ਪਹਿਨ ਦੇ ਰਜਿਸਟਰੀ ਹੁੰਦੀ ਆ ਤੁਸੀਂ ਕਰਾ ਕੇ ਦੇਖ ਲਓ ਤੁਸੀਂ ਪਟਿਆਲੇ ਬੈਠੇ ਹੋ ਪਟਿਆਲੇ ਕਹੇ ਤਸਿਲਾਨੇ ਸ਼ਹਿਰ ਚ ਹੂੰ ਤੁਸੀਂ ਕਰਾ ਕੇ ਦਿਖਾਓ ਰਜਿਸਟਰੀ ਬਿਨਾ ਪਹਿਨ ਬਿਲਕੁਲ ਦੱਸਿਓ ਨਾ ਵੀ ਮੈਂ ਕੌਣ ਆ ਜਾਇਓ ਛੋਸਾ ਦਾ ਡਰ ਕੇ ਅਬਲਾ ਤੁਸੀਂ ਦੱਸ ਵੀ ਦਿਓ ਮੈਂ ਚੈਨਲ ਵਾਲਾ ਫਿਰ ਵੀ ਕਰਾ ਕੇ ਦਿਖਾ ਦਿਓ ਹੂੰ ਇਹ ਆਪਾਂ ਭੜੇਖਾ ਨਾ ਰੱਖੀਏ ਹੂੰ ਹਾਲ ਕਹਿੰਦੇ ਸਾਨੂੰ ਇਹੀ ਕਰਾਂਗੇ ਅਗਲੇ ਸਾਹਮਣੇ ਕੀ ਹੈ ਤਸਿਲਾਨ ਦੇ ਪ੍ਰਧਾਨ ਨੇ ਬਿਆਨ ਦਿੱਤਾ ਕਿ ਇਹ ਸਭ ਤੋਂ ਚਾਹ ਪਾਣੀ ਹੋਰ ਜਿਹੜੇ ਸੀ ਖਰਚ ਕਰਦਾ ਉਹ ਕਿੱਥੋਂ ਕਰਾਂਗੇ ਜੇ ਇੰਨਾ ਸਿੱਧੀ ਗੱਲ ਹੋ ਗਈ ਕਰਾਪਸ਼ਨ ਦੀ ਉਨੇ ਤੁਸੀਂ ਕੀ ਕਰੋਗੇ ਸੋ ਇਹ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਣ ਤੁਸੀਂ ਜਿੱਥੇ ਦੇਖੋਗੇ ਉੱਥੇ ਕਰਪਸ਼ਨ ਦਾ ਤਾਂ ਰਾਜ ਹੀ ਆ ਕੰਮ ਬੜਕੇ ਹੋਂੋਂ हटਕੇ ਲੋਕਾਂ ਦੇ ਅੱਗੇ ਔਰ ਰੇਟ ਕਰਪਸ਼ਨ ਦੇ ਵਧ ਗਏ ਹਮ ਅਜੇ ਇਹ ਲੋਕਾਂ ਨੂੰ ਫੜਫੜ ਕੇ ਅੰਦਰ ਕਰਦੇ ਨੇ ਜਦ ਇਹਨਾਂ ਦੀ ਵਾਰੀ ਆਈ ਇਹਨਾਂ ਤੋਂਛੜ ਬਿਆ ਵੀ ਨਹੀਂ ਜਾਣਾ ਹਮ ਕਿਉਂਕਿ ਜੋ ਸਾਰੀਆਂ ਰਿਪੋਰਟ ਹੁਣ ਲੋਕਾਂ ਨੂੰ ਦਿਖ ਰਹੀ ਹੈ ਇਹ ਬਹੁਤ ਪੁਲੇਖਾ ਇਹਨਾਂ ਨੂੰ ਵੇ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ ਹੂੰ ਉਹਨੂੰ ਇਹ ਪਤਾ ਹੁਣ ਚਾਹੀਦਾ ਵੀ ਬਿੱਲੀ ਤਾਂ ਤੇਰੀ ਨਹੀਂ ਦੇਖ ਰਹੀ ਐ ਤੈਨੂੰ ਬਿੱਲੀ ਨਹੀਂ ਦਿਖਦੀ ਬਲਕਿ ਹੋਰ ਮਾਰ ਖਾ ਦੇਗਾ ਸੋ ਇਹਨਾਂ ਨੇ ਅੱਖਾਂ ਮੀਚੀਆਂ ਹੋਈਆਂ ਨੇ ਇਹਨਾਂ ਦੇ ਸਾਰੇ ਆ ਹੁਣੀ ਇਹਨਾਂ ਦੇ ਸਿਹਤ ਮੰਤਰੀ ਨੇ ਕਰਿਆ ਸੀਗਾ ਆ ਐਨਆਰਏ ਸੀਟਾਂ ਦੇ ਉੱਤੇ ਆ ਹਾਈ ਕੋਰਟ ਚ ਉਹ ਸੈਟ ਸਾਈਡ ਹੋ ਗਿਆ ਫੈਸਲਾ ਉਹ ਚੈਨਲ ਚ ਕਿਸੇ ਨੇ ਇੰਟਰਵਿਊ ਕਰੀ ਉਹ ਨਹੀਂ ਜੀ ਆਹ ਹੈ ਜੀ ਆਹ ਹੈ ਯਾ ਉਹ ਭਾਈ ਤੁਸੀਂ ਆਏ ਤਾਂ ਦੇਖ ਲਓ ਵੀ ਸੱਚ ਕੀ ਆ ਹੂੰ ਤੋਨ ਤੱਥ ਤੁਸੀਂ ਦੇਖਦੇ ਨਹੀਂ ਤੁਸੀਂ ਇੱਕ ਫੈਸਲਾ ਆਪਣੇ ਅੰਦਰੋਂ ਲੈ ਕੇ ਲੈ ਲਿਆ ਨਾ ਤੁਸੀਂ ਕਾਨੂੰਨ ਮੁਤਾਬਕ ਦੇਖਿਆ ਵੀ ਇਹ ਨਹੀਂ ਕਰ ਸਕਦੇ ਅਸੀਂ ਤੇ ਉਹ ਕਾਨੂੰਨ ਕਰਕੇ ਸੈਟਸਾਈਡ ਹੋਇਆ ਬਿਲਕੁਲ ਕਰਿਆ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕੋਈ ਵੀ ਪਾਰਟੀ ਦੇ ਸਿੰਬਲ ਦੇ ਉੱਤੇ ਚੋਣ ਨਹੀਂ ਲੜੂਗਾ ਤੁਸੀਂ ਪਰ ਪੋਸਟਰ ਦੇ ਉੱਤੇ ਆਪਣੇ ਜਿਹੜੇ ਪਾਰਟੀ ਦੇ ਲੀਡਰ ਹੈ ਤੁਸੀਂ ਜੇ ਕੋਈ ਫੋਟੋ ਲਾਉਣੀ ਚਾਹੁੰਦਾ ਲਾ ਸਕਦਾ ਕਿ ਉਹਦਾ ਵੀ ਫਾਇਦਾ ਹੋਊਗਾ ਨਹੀਂ ਨਹੀਂ ਉਹ ਤਾਂ ਪਾਰਟੀ ਦੇ ਚੋਣਾਂ ਬਹਿ ਵੀ ਗੱਲ ਅੱਜ ਤੱਕ ਪੰਚਾਇਤ ਚੋਣਾਂ ਪਾਵੇਂ ਕ ਐਕਟਰ ਦੇ ਵਿੱਚੋਂ ਕਦਾ ਪੰਚਾਇਤ ਚੋਣਾਂ ਤੇ ਵੱਖਰਾ ਨਹੀਂ ਕਰਿਆ ਹੋਇਆ ਸੀ ਅੱਜ ਤੱਕ ਪੰਚਾਇਤ ਚੋਣਾਂ ਕਦੇ ਕਿਸੇ ਪਾਰਟੀ ਸੰਬੰਧ ਤੇ ਲੜੀਆਂ ਨਹੀਂ ਗਈਆਂ ਇਹ ਕੋ ਨਵੀਂ ਗੱਲ ਕਰੀ ਇਹਨਾਂ ਨੇ ਲਿਖਿਆ ਜ਼ਰੂਰ ਸੀ ਉਹ ਲਿਖਿਆ ਹੋਇਆ ਇਹਨੂੰ ਇਹਨਾਂ ਨੇ ਕੱਟਦਾ ਨਾਲ ਕਹਿੰਦਾ ਫੋਟੋ ਲੈ ਲਓ ਪਾਰਟੀ 'ਚ ਫਿਰ ਪਾਰਟੀ ਹੋਊਗੀ ਹੁਣ ਤਾਂ ਬੰਦੇ ਦੀ ਫੋਟੋ ਲੈਣਗੇ ਹੁਣ ਜਿਹੜਾ ਪ੍ਰਗਟਪਰਤਵਾਨ ਦੀ ਫੋਟੋ ਨਹੀਂ ਲਾਊਗਾ ਉਹਨੂੰ ਕਹਿਣਗੇ ਤੂੰ ਸਾਡਾ ਵਿਰੋਧੀ ਆ ਹੁਣ ਤਾਂ ਮਜਬੂਰੀ 'ਚ ਚਮਕੀ ਬਣਾਉਣੇ ਸ਼ੁਰੂ ਕਰਤੇ ਅੱਗੇ ਪਾਰਟੀ ਦਾ ਫੋਟੋ ਹੋਊਗੀ ਪਾਰਟੀ ਦਾ ਚੋਣ ਨਿਸ਼ਾਨਾ ਕਿਉਂ ਤਾਂ ਪਾਰਟੀ ਦਾ ਬੰਦਾ ਆਏਗਾ ਨਾ ਫਿਰ ਕਿਹ ਤੜੇ ਬੰਦੀ ਖਤਮ ਨਹੀਂ ਹੋਣੀ ਪਿੰਡਾਂ ਦੀ ਤੜੇ ਬੰਦੀ ਕਿੱਥੋਂ ਖਤਮ ਹੋਣੀ ਹੈ ਜੋ ਕਿ ਇਹਨਾਂ ਨੇ ਕਰਿਆ ਅਸੀਂ ਤਾਂ ਲੋਕਾਂ 'ਚ ਪ੍ਰਚਾਰ ਕਰ ਰਹੇ ਹਾਂ ਅਸੀਂ ਇੱਕ ਗਿਆਨੀ ਕੇਵਲ ਸਿੰਘ ਜੀ ਦੀ ਉਸਤ ਕਾਫਲਾ ਚਲਾ ਰਹੇ ਹਾਂ ਅਸੀਂ ਇਹ ਗ੍ਰਾਮ ਸਵ ਚੇਤਨਾ ਕਾਫਲਾ ਕਿ ਉਹ ਅੱਜ ਕੱਲ ਫਰੀਦਕੋਟ 'ਚ ਸੀਗਾ ਕੱਲ ਨੂੰ ਨਵਾਂ ਸ਼ਹਿਰ 'ਚ ਹੈ ਕਿ ਮੈਂ ਜਾਣਾ ਹੈ ਉੱਥੇ ਕੱਲ ਨੂੰ ਨਵਾਂ ਪਰਸੋਂ ਨੂੰ ਪਰਸੋਂ ਮੈਂ ਨਵਾਂ ਸ਼ਹਿਰ ਜਾਣਾ ਹੈ ਤੇ ਉਹ ਮੈਨੂੰ ਅੱਜ ਫੋਨ ਆਇਆ ਸੀ ਕਿ ਜੀ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ ਧੜੇ ਖਾਣ ਕਰ ਰਹੇ ਹਾਂ ਮੈਂ ਕਿਹ ਕਿਹਜਾਣਾ ਉਹਦੇ 'ਚ ਅਸੀਂ ਕਹਿ ਰਿਹਾ ਵੀ ਜਿਹੜਾ ਫੋਟੋ ਲੈ ਕੇ ਆਵੇ ਕਿਸੇ ਬੀਡਰ ਦੀ ਚਾਹ ਤਾਂ ਦੀ ਚਾਹ ਕਾਦੀ ਦੀ ਚਾਹ ਭਾਜੀਪੀ ਦੀ ਹੁਣ ਚਾਹੇ ਆਪ ਲੰਗ ਨੂੰ ਕੋ ਤੈਨੂੰ ਤਾਂ ਵੋਟ ਨਹੀਂ ਪਾਉਣੀ ਕਿਉਂਕਿ ਤੂੰ ਤਾਂ ਤੂੰ ਤਾਂ ਪਾਰਟੀਆਂ ਨਹੀਂ ਵਜਾਵੇ ਬੰਦੇ ਦਾ ਚਮਚਾ ਬਣ ਗਿਆ ਤੂੰ ਤਾਂ ਬੰਦੇ ਦਾ ਉਸ ਬੰਦੇ ਦਾ ਬੰਦਾ ਨਾ ਜਿਹਦੀ ਤੂੰ ਫੋਟੋ ਅਸੀਂ ਤਾਂ ਉਹਨੂੰ ਫੋਟੋ ਨਹੀਂ ਤੂੰ ਹੋਏਗਾ ਉਹਦਾ ਬੰਦਾ ਸੋ ਇਸ ਕਰਕੇ ਗਲਤ ਹੈ ਇਹਨਾਂ ਨੇ ਗਲਤ ਕਰਿਆ ਇੱਕ ਹੋਰ ਅਮੈਨਡਮੈਂਟ ਮੈਂ ਤਾਂ ਜਿਹੜੀ ਮੈਂ ਹੋਣੀ ਤੁਹਾਡੇ ਆਉਣ ਤੋਂ ਪਹਿਲਾਂ ਉਂਝੀ ਮੈਨੂੰ ਪਤਾ ਨਹੀਂ ਸੀ ਤੁਸੀਂ ਸਵਾਲ ਕਰੋਗੇ ਮੈਂ ਸੂਚਨਾ ਅਧਿਕਾਰ ਚ ਇਹਨਾਂ ਨੂੰ ਚਿੱਠੀ ਪਾਉਣ ਲੱਗਿਆ ਅੱਛਾ ਇਹ ਅੱਜ ਅਖਬਾਰ ਚ ਖਬਰ ਆ ਕਿ ਜੀ ਇਹਨਾਂ ਨੇ ਕਿਹਾ ਪਹਿਲਾਂ ਵੀ ਆਈ ਸੀ ਪਰ ਮੈਂ ਜਦੋਂ ਅਮੈਂਡਮੈਂਟ ਦੇਖੀ ਉਹਦੇ ਚ ਉਹ ਬੰਦੀ ਨਹੀਂ ਸੀ ਅੱਜ ਦੁਬਾਰਾ ਆਈ ਹੋਈ ਆ ਖਬਰ ਪੰਜਾਬੀ ਟ੍ਰਿਬਿਊਨ ਚ ਉਹਦਾ ਮਤਲਬ ਹੈ ਵੀ ਇਹਨਾਂ ਦੇ ਮਨ ਚ ਤਾਂ ਇਹੀ ਹੈ ਇਹ ਕਹਿੰਦੇ ਹੁਣ ਅਸੀਂ ਜਿਹੜੀ ਸਰਪੰਚਾਂ ਦੀ ਰਾਦਰ ਵੇਚਣਾ ਬਲਾਕ ਵਾਈ ਫੈਸਲਾ ਕਰਾਂਗੇ ਕਾਨੂੰਨ ਤਾਂ ਕਿਤੇ ਜਿਲ੍ਹਾ ਵਾਈ ਦੀ ਲਿਖਿਆ ਹੋਇਆ ਕਾਨੂੰਨ ਚ ਉਹ ਅਬਦਲਾ ਕਰਿਆ ਨਹੀਂ ਕਿਉਂ ਨਾ ਇੱਕ ਸੱਤਾਰਾ ਕੱਟੀ ਆ ਪ੍ਰੋਵੀਜ਼ੋ ਕਹਿੰਦੇ ਨੂੰ ਐਕਸੈਪਸ਼ਨ ਠੀਕ ਹੈ ਕਿ ਜੋ ਐਕਸੈਪਸ਼ਨ ਕੱਟੀ ਉਹਦੇ ਨਾਲ ਤਾਂ ਉਹ ਜਿਹੜਾ ਉੱਤੇ ਤੋਂ ਪੂਰੇ ਜ਼ਿਲ੍ਹੇ ਚੋਂ ਦੇਣੀ ਹੈ ਰਿਜ਼ਰਵਿਸ਼ਨ ਇਹ ਕਹਿੰਦੇ ਅਸੀਂ ਬੜਾ ਕਰਾਈ ਦੇਵਾਂਗੇ ਹੁਣ ਮੈਂ ਇਹਨਾਂ ਨੂੰ ਸੂਚਨਾ ਅਧਿਕਾਰ ਐਕਟ ਚ ਪਾਰਿਆਂ ਪਹਿਲੀ ਸਰਕਾਰ ਹੈ 1994 ਤੋਂ ਬਾਅਦ ਇਹ ਕਹਿੰਦੇ ਅਸੀਂ ਬਹੁਤ ਤਕੜੇ ਆ ਇਹ ਪਹਿਲੀ ਸਰਕਾਰ ਹੈ ਜਿਨੇ ਪੰਚਾਇਤ ਦੀਆਂ ਚੋਣਾਂ ਸਮੇਂ ਤੇ ਨਹੀਂ ਕਰਾਈਆਂ ਕੇਮਿਨ ਨਿਬਿਨਾਂ ਦੇ ਜਾਣੀ ਕਰਾਈਆਂ ਇਹਨਾਂ ਕੋਲੇ ਇਹ 6 ਮਹੀਨਿਆਂ ਦੇ ਵਿੱਚ ਚੋਣਾਂ ਕਰਾਉਣੀ ਜ਼ਰੂਰੀ ਹੁੰਦੀਆਂ ਨੇ ਜਿਨ੍ਹਾਂ ਪੰਚਾਇਤ ਰਾਜ ਪ੍ਰਣਾਲੀ ਦਾ ਇਹਨਾਂ ਨੇ ਕੁੰਡਾ ਕਰਿਆ ਉਹਨਾਂ ਕਿਸੇ ਹੋਰ ਨੇ ਕਰਿਆ ਹੀ ਨਹੀਂ ਅੱਜ ਤੱਕ ਕਿ ਇਹ ਕਹਿੰਦੇ ਉਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਹੈ ਪੰਚਾਇਤਾਂ ਨੇ ਕੀ ਲੈ ਲੈਣਾ ਕੀ ਨਹੀਂ ਪੈਸਾ ਤਾਂ ਨਾ ਕੋਈ ਦਿੱਤਾ ਨਹੀਂ ਮੰਰੇਗਾ ਦੇ ਵਿੱਚ ਇਹ ਕਹਿੰਦੇ ਅਸੀਂ ਕੰਮ ਕਰ ਜਾਂਦੇ ਹਾਲੀਆਂ ਦਿੰਦੇ ਆ ਮੰਰੇਗਾ ਦੇ ਵਿੱਚ 32 ਲੱਖ ਕਾਰਡ ਬੰਨ੍ਹ ਹੈ ਪੰਜਾਬ ਦੇ ਵਿੱਚ 18.6 ਦਾ ਕਾਰਡ ਹੈ ਕੱਲ ਦੀ ਜਿਹੜੀ ਰਿਪੋਰਟ ਦਿੱਤਾ ਜੀ ਹੂੰ ਉਹਦੇ ਵਿੱਚੋਂ ਜਿਹੜਾ ਐਕਟਿਵ ਕਾਰਡ ਹੈ ਉਹ 11 ਲੱਖ ਹੈ ਜਿੰਨ ਕੇ ਬਾਕੀ ਉਹ ਕਾਗਜੀ ਨੇ ਜਿਹੜੇ 11 ਲੱਖ ਦੇ ਵਿੱਚੋਂ ਜਿਹੜਾ ਜੋਬ ਮਿਲਿਆ ਹੁਣ ਤੱਕ ਉਹ 3 ਕੇ 4 ਲੱਖ ਕਾਰਡਾਂ ਚ ਮਿਲਿਆ अच्छा जी के जेड़ा 100 ਦੰਦਾ ਜੋ ਮਿਲਿਆ ਉਹ 200 ਕੇ 400 ਪਰਿਵਾਰਾਂ ਨੂੰ ਮਿਲਿਆ ਸਿਰਫ 2-400 ਪਰਿਵਾਰਾਂ ਨੂੰ 6 ਮਹੀਨੇ ਲੰਘ ਚੁੱਕੇ 6 ਮਹੀਨੇ ਜੇ ਤੁਸੀਂ ਮੰਨ ਲਓ ਥੋੜੇ 11 ਲੱਖੀ ਐਕਟਿਵ ਨੇ 11 ਲੱਖ ਚੋਂ ਤੁਸੀਂ ਦਿੱਤਾ 4-500 ਨੂੰ 600 ਨੂੰ ਦਿੱਤਾ ਹੋ ਗਿਆ ਤੇ ਫਿਰ ਤੁਸੀਂ ਬਾਕੀ ਨੂੰ ਕਰਦੇ ਹੋਗੇ ਬਿਲਕੁਲ ਇਹ ਤੋਂ ਪਤਾ ਲੱਗਦਾ ਹੈ ਵੀ ਜਿਹੜਾ ਜਮੈਂ ਗਰਾਸ ਰੂਟ ਤੇ ਕਿ ਮਲੇਗਾ ਦਾ ਮਨੀ ਬਹੁਤ ਹੀ ਗਰੀਬ ਨੂੰ অতি ਗਰੀਬ ਨੂੰ ਆ ਔਰ ਉਹਦੇ ਨਾਲ ਇਹਨਾਂ ਨੂੰ 3000 ਕਰੋੜ ਰੁਪਇਆ ਖਜ਼ਾਨੇ ਚ ਟੈਕਸ ਦਾ ਵੀ ਆਉਣਾ ਸੀ ਹਮ ਪਰ ਨਹੀਂ ਪਰ ਇਹ ਤਾਂ ਕਹਿੰਦੇ ਆ ਵੀ ਸੈਂਟਰ ਸਾਨੂੰ ਪੈਸਾ ਨਹੀਂ ਦਿੰਦੀ ਸੈਂਟਰ ਪੈਸਾ ਰੋਕ ਲੈਂਦੀ ਆ ਮਲੇਗਾ ਦਾ ਪੈਸਾ ਨਹੀਂ ਆਉਂਦਾ ਕਦੇ ਕਿਹੜਾ ਪੈਸਾ ਨਹੀਂ ਆਉਂਦਾ ਕਦੇ ਕਹਿੰਦੇ ਸਾਡਾ ਜਿਹੜਾ ਕਰਜ਼ਾ ਅਸੀਂ ਵਿਆਜ ਆਉਣਾ ਸੀ ਉਹ ਰੋਕ ਲਿਆ ਇਹ ਤਾਂ ਦੂਜੇ ਤੇ ਸਿੱਟ ਜਾਂਦੇ ਆ ਗੱਲ ਨਹੀਂ ਉਹ ਸਾਰੀ ਸਿੱਟ ਦੇਣ ਦੇਖੋ ਕੇਂਦਰ ਵੀ ਜਾਤੀ ਕਰ ਰਿਹਾ ਹਮ ਪਰ ਕੇਂਦਰ ਨਾਲ ਇਹਨਾਂ ਨੇ ਲੜਾਈ ਹੋਈ ਨਹੀਂ ਕਰੀ ਦੋਸਤੋ ਕਿਹੜੀ ਪਾਰਟੀ ਆ ਪੰਜਾਬ ਦੀ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜੀਆ ਹੈ ਕੇਂਦਰ ਨਾਲ ਲੜਾਈ ਕਰਨੀ ਸੀ ਭਗਵੰਤ ਮਾਨ ਦੀ ਪਾਰਟੀ ਨੇ ਲੜਾਈ ਕਰੀ ਕੇਂਦਰ ਨਾਲ ਵੀ ਸਾਡੇ ਪੰਜਾਬ ਦੇ ਜਿਹੜੇ ਹੱਕ ਨੇ ਉਹ ਤੁਸੀਂ ਕਿਉਂ ਬਿਆਨਵਾਜੀ ਕਰੀਆ ਸਾਡਾ ਆਡੀ ਆਪਣੀ ਦੰਦੇ ਜੀ ਸਾਡਾ ਫਲਾਣਾ ਨਹੀਂ ਦੰਦੇ ਜੀ ਤੁਸੀਂ ਹੱਕਾਂ ਦੀ ਲੜਾਈ ਕਰੀ ਕਿੱਥੇ ਆ ਤੁਸੀਂ ਲੜਾਈ ਨਹੀਂ ਕਰੀ ਜੇ ਤੁਸੀਂ ਸੂਬਿਆਂ ਦੇ ਹੱਕਾਂ ਦੀ ਲੜਾਈ ਨਹੀਂ ਕਰੋਗੇ ਫਿਰ ਤੁਸੀਂ ਮੰਗਤੀ ਬਣ ਕੇ ਰਹੋਗੇ ਨਾ ਫਿਰ ਤੁਸੀਂ ਉਹਨਾਂ ਤੋਂ ਜੀਹ ਜੋੜੀ ਕਰਕੇ ਆਉਗੇ ਜਨਾਬ ਦੇ ਦਿਓ ਹੁਣ ਕੀ ਫੀਲ ਲਿਖੀਏ ਸਾਡਾ 10000 ਦਾ ਕਰਜ਼ੇ ਦੀ ਲਿਮਟ ਵਾਸੋ ਤੋ ਲਿਮਟ ਵਧਾਉਣ ਵਾਸਤੇ ਚਿੱਠੀ ਚਾਹੀ ਲਿਖਣੀ ਪਈ ਹੈ ਨਾ ਜੇ ਤੁਸੀਂ ਜੀਹ ਜੁੜੀ ਕਰਦੇ ਹੋ ਹੂੰ ਜੇ ਤੁਸੀਂ ਅੱਖ ਚੱਖ ਪਾ ਕੇ ਗੱਲ ਕਰਦੇ ਹੋ ਤੱਥਾਂ ਤੇ ਗੱਲ ਕਰਦੇ ਹੋ ਫਿਰ ਤਾਂ ਕੋਈ ਹੋਣੀ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਇਹ ਸਰਕਾਰ ਹੈ ਜਿਹੜੀ ਹਵਾ 'ਚ ਜ਼ਿਆਦਾ ਕੰਮ ਕਰ ਰਹੀ ਹੈ ਹੂੰ ਕਿਉਂਕਿ ਕਿਤਾ ਇਹਨਾਂ ਨੂੰ ਤਜਰਬਾ ਤਜਰਬਾ ਤਾਂ ਹੈ ਨਹੀਂ ਪਰ ਮੁੱਖ ਮੰਤਰੀ ਦਾ ਕਹਿੰਦੇ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ 3 ਸਾਲ ਦਾ ਤਜਰਬਾ ਮੇਰੇ ਕੋਲੇ ਤੁਸੀਂ ਮੈਨੂੰ ਕਹਿ ਦਿੰਦੇ ਹੋ ਵੀ ਇਹਨਾਂ ਕੋਲ ਤਜਰਬਾ ਨਹੀਂ ਹੋਏਗਾ 3 ਸਾਲ ਦਾ ਤਜਰਬਾ ਨਾ ਉਹ ਤਜਰਬਾ ਕੀ ਹੈ ਗਵਰਨਰ ਨਾਲ ਪੰਗਾ ਪਾਈ ਰੱਖੋ ਹੂੰ ਔਰ ਫਿਰ ਮੁਰਕੇ ਇਹ ਤਾਂ ਸਮਝ ਨਹੀਂ ਹੁਣ ਤੱਕ ਕੋਈ ਇਹ ਤਾਂ ਦਿੱਕਤੀ ਹੈ ਮੈਂ ਕੋਈ ਜਵਾਨੀ ਗੱਲ ਨਹੀਂ ਕਰਦਾ ਦੱਸ ਵੀ ਦਿਨਾ ਹੂੰ ਇਹ ਕਹਿੰਦੇ ਮੇਰੇ ਕੋਲ ਤਜਰਬਾ ਹੈ ਹੂੰ ਜਿੱਦੈਂ ਇਹਨਾਂ ਨੇ ਕਿਹਾ ਵੀ ਸਾਡੇ ਤੇ ਡੋਟ ਆਪਰੇਸ਼ਨ ਰੋਟਸ ਕਰ ਰਹੇ ਨੇ ਹੂੰ ਬਿਲਕੁਲ ਇਹਨਾਂ ਨੇ اجلاس ਬੁਲਾਇਆ ਹੂੰ ਗਵਰਨਰ ਸਾਹਿਬ ਨੇ ਮਨਜ਼ੂਰੀ ਦਿੱਤੀ ਹੂੰ ਬਾਅਦ ਵਿੱਚ ਜਾ ਕੇ ਮਿਲ ਪਈ ਮਨਜ਼ੂਰੀ ਵਾਪਸ ਲੈ ਲੋ ਉਹਨਾਂ ਨੇ ਵਾਪਸ ਲੈ ਗਈ ਹੂੰ ਤੇ ਇਹਨਾਂ ਨੇ ਫਿਰ ਉਹ ਰੱਦ ਕਿਉਂ ਨਹੀਂ ਕਰੀਓ ਉਹ ਵੀ ਨਹੀਂ ਜੀ ਤੁਸੀਂ ਵਾਪਸ ਨਹੀਂ ਲੈ ਸਕਦੇ ਸਵਿਧਾਨ ਗਵਰਨਰ ਸਾਹਿਬ ਨੂੰ ਜਾ ਕੇ ਮੰਜ਼ੂਰੀ ਵਾਪਸ ਲੈਣ ਦਾ ਫੇਜ਼ ਲਾਸ ਕਰ ਲੈਂਦੇ ਬਿਲਕੁਲ ਸੱਚ ਜਰ ਬਸ ਹੀ ਗਾ ਨਾ ਫਿਰ ਤੇ ਜਲਵੇਂ ਨੂੰ ਵਰਤਦੇ ਫਿਰ ਦੁਬਾਰਾ ਚਿੱਠੀ ਲਿਖਤੀ ਉਹਦੇ ਹੀ ਵੀ ਚੰਗਾ ਸੀ ਹੋ ਨਹੀਂ ਕਰਾਂਗੇ ਅਪਰੇਸ਼ਨ ਕੋਰਟ ਜਾਣਾ ਪੈਂਦਾ ਸੁਣੋ ਨਹੀਂ ਨਹੀਂ ਕੋਰਟ 'ਚ ਨਹੀਂ ਗਏ ਉਦੋਂ ਹੂੰ ਬੇ ਅਪਰੇਸ਼ਨ ਰੋਟਸ ਨਹੀਂ ਕਰਾਂਗੇ ਕੋਈ ਹੋਰ ਏਜੰਡਾ ਲੈ ਕੇ ਇੱਕ ਏਜੰਡਾ ਉਹੀ ਲੈਂਦਾ ਫਿਰ ਇਤੋਂ ਵੱਡਾ ਕੀ ਆ ਹੋਊਗਾ ਵੀ ਤੁਸੀਂ ਕੁਝ ਕਰਨੋ ਫਿਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਹੋਣੇ ਸੀ ਉਹ ਉਹਨਾਂ ਨੇ ਲਿਖਿਆ ਵੀ ਤੁਸੀਂ ਫਲਾਣੇ ਧਾਰਾ ਨਹੀਂ ਵਰਤੀ ਉਹ ਧਾਰਾ ਚੀ ਲਿਖਿਆ ਵੀ ਇਹ ਉਹ ਜਿਹੜੀਆਂ ਯੂਨੀਵਰਸਿਟੀਆਂ ਦਾ ਭੇਜਿਆ ਸੀ ਏਜੰਡਾ ਉਹਦੇ ਚ ਕਵਰੀ ਨਹੀਂ ਹੁੰਦੀਆਂ ਹ ਮਤਲਬ ਦੂਜੇ ਦੀ ਜ਼ਮੀਨ ਦਾ ਨਾਲ ਇਹੀ ਕਹੀ ਜਾਂਦੇ ਵੀ ਉਹ ਦੂਜੇ ਦੀ ਜ਼ਮੀਨ ਹੈ ਤੁਸੀਂ ਐ ਨਹੀਂ ਕਰਦੇ ਉਹ ਉੱਥੇ ਉਹਦਾ ਅਧਿਕਾਰ ਹੀ ਨਹੀਂ ਸੀ ਗਵਰਨਰ ਸਾਹਿਬ ਦਾ ਇਹਨਾਂ ਨੇ ਫਿਰ ਮੰਨ ਲਿਆ ਨਾਤਮਸਤ ਹੋ ਗਏ ਫਿਰ ਜਦ ਗਵਰਨਰ ਸਾਹਿਬ ਨੇ ਬੁਲਾਉਣ ਤੋਂ ਨਾ ਕਰਤੀ ਹ ਕੇ ਫਿਰ ਇਹ ਜਾ ਕੇ ਸੁਪਰੀਮ ਕੋਰਟ ਸੂਬੇ ਨੂੰ ਦੋਹਾਂ ਤਰ੍ਹਾਂ ਨੂੰ ਖਚਾਈ ਕਰੀ ਪਾਰਟੀਆਂ ਦਾ ਇਹ ਹਾਲ ਪਾਰਟੀਆਂ ਕਹਿੰਨ ਕਿ ਪਾਰਟੀਆਂ ਗਵਰਨਰ ਸਾਹਿਬ ਦੇ ਸੱਭੀ ਲੈਣਾ ਚਾਹੁੰਦੀਆਂ ਸੀ ਪੰਜਾਬ ਨੂੰ ਆਪੋਜੀਸ਼ਨ ਪਾਰਟੀਆਂ ਉਹਨਾਂ ਨੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਗਵਰਨਰ ਸਾਹਿਬ ਇੱਕ ਸੀਮਾ ਤੋਂ ਵੱਧ ਸੂਚਨਾ ਮੰਗ ਹੀ ਨਹੀਂ ਸਕਦਾ ਗਵਰਨਰ ਸਾਹਿਬ ਕੋਲ ਕੋਈ ਅਧਿਕਾਰ ਨਹੀਂ ਕੱਲ ਨੂੰ ਗਵਰਨਰ ਸਾਹਿਬ ਇਹ ਪੁੱਛਣ ਲੱਗ ਜਾਣ ਵੀ ਫਲਾਣ ਸਕੂਲ ਦਾ ਸੋ ਬੱਚੇ ਕਿੰਨੇ ਨੇ ਪਰ ਸਾਨੂੰ ਪੁੱਛਣਾ ਨਹੀਂ ਫਲਾਣ ਸਕੂਲ ਪਿੰਡ ਦਾ ਤੋਬਾ ਜਿਹੜਾ ਉਹ ਕਿੰਨਾ ਵੱਡਾ ਕੀ ਸਾਈਜ਼ ਆ ਫਿਰ ਗਵਰਨਰ ਸਾਹਿਬ ਤੇ ਹੀ ਪੁੱਛੀ ਜਾਣਗੇ ਗਵਰਨਰ ਸਾਹਿਬ ਨੂੰ ਇਖਤਿਆਰ ਹੀ ਨਹੀਂ ਪੁੱਛਣ ਦਾ ਪਰ ਇਹ ਤਾਂ ਉਹਨਾਂ ਤੋਂ ਡਰਦੇ ਸੀ ਦੱਸਣ ਵਾਸਤੇ ਵੀ ਦੱਸਣਾ ਵੀ ਨਹੀਂ ਦੋ ਨੰਬਰ ਜਿਹਦਾ ਕੰਮ ਹੁੰਦਾ ਹੈ ਵੀ ਦੱਸੋ ਵੀ ਨਾ ਕਿ ਐਸਲ ਮਾਰ ਲਓ ਐਸਲ ਨਹੀਂ ਮਾਰੀਂਦੀ ਡਟ ਕੇ ਕਹੀਦਾ ਵੀ ਬਿਲਕੁਲ ਨਹੀਂ ਤੁਹਾਨੂੰ ਹੱਕ ਮੈਂ ਤੁਹਾਨੂੰ ਤਾਂ ਕਹੈ ਨਾ ਮੈਂ ਇੱਕ ਪੜਤਾਲ ਕਰੀ ਇੱਕ ਪੜਤਾਲੀ ਅਫਸਰ ਦੇ ਤੌਰ ਤੇ ਅੱਛਾ ਜੀ ਭਾਜਪਾ ਦਾ ਮੰਤਰੀ ਸੀ ਉਹ ਚਾਹੁੰਦਾ ਸੀ ਮੈਂ ਉਹਨੂੰ ਸਜ਼ਾ ਦੇਵਾਂ ਉਹਦੀ ਸਜ਼ਾ ਨਹੀਂ ਬਣਦੀ ਸੀ ਤੇ ਮੈਨੂੰ ਉਹਨਾਂ ਨੇ ਚਿੱਠੀ ਜਾਰੀ ਕਰਤੀ ਵੀ ਤੁਸੀਂ ਐ ਕਰਿਆ ਫਲਾਣਾ ਕਰਿਆ ਮਲਕਤ ਤੁਹਾਨੂੰ ਕੋਈ ਕਾਲੀ ਨਹੀਂ ਮੈਨੂੰ ਸਜਾ ਦੇਂਦਾ ਹੂੰ ਤੁਸੀਂ ਮੈਨੂੰ ਕਿਵੇਂ ਪੁੱਛ ਸਕਦੇ ਮੈਂ ਤਾਂ ਜੱਜ ਸੀਗਾ ਕੇ ਸਰਕਾਰ ਮੇਰੇ ਕੋਲ ਫੋਨ ਕਰਦੀ ਰਹੀ ਸਰਕਾਰ ਮੇਰੇ ਕੋਲ ਪੇਸ਼ ਹੁੰਦੀ ਆਪਣੇ ਵਕੀਲ ਦੇ ਨਾਲ ਹੀ ਫੋਨ ਕਰਕੇ ਤੁਸੀਂ ਇਹਨੂੰ ਇਨਕੁਆਰੀ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰੀ ਹੈ ਕਰਦਾ ਹਿੰਮਤ ਵੀ ਮੈਂ ਤਾਂ ਸਰਕਾਰੀ ਅਧਿਕਾਰੀ ਸੀ ਨਾ ਮੰਤਰੀ ਮੇਰੇ ਵਿਭਾਗੇ ਦਾ ਸੀ ਮੈਂ ਤਾਂ ਤਾਂ ਵੀ ਲਿਖਿਆ ਫਾਈਲ ਤੇ ਇਹ ਕਰਕੇ ਦਿਖਾਉਣ ਇਹ ਹੈ ਇੱਕ ਚੁਣੇ ਹੋਏ ਨਾ ਇਹ ਤਾਂ ਮੈਂ ਤਾਂ ਕੋਈ ਚੁਣੇ ਹੋਇਆ ਨਹੀਂ ਸੀ ਬਿਲਕੁਲ ਮੈਂ ਤਾਂ ਸਰਕਾਰੀ ਨਹੀਂ ਕਰੀ ਮੈਂ ਤਾਂ ਪੈਨਸ਼ਨ ਲੈਣੀ ਸੀ ਮੈਂ ਲਿਖਿਆ ਵੀ ਤੁਸੀਂ ਨਹੀਂ ਇਹ ਕਰ ਸਕਦੇ ਇਹ ਲਿਖਿਆ ਵੀ ਤੁਹਾਨੂੰ ਹੱਕ ਹੀ ਨਹੀਂ ਹੈ ਆਹ ਥੋੜਾ ਲੱਸੀ ਕੋਈ ਕਿਛੇ ਦੇ ਪਰਸਨ ਨੋਕਰ ਥੋੜਾ ਹੋਣਿਆ ਸੋ ਇਹ ਨਹੀਂ ਕਰਦੇ ਇਹ ਇਹ ਬਦਲਾ ਦਬਕਾ ਮਾਰਨਾ ਫੇਪਰ ਝਣਾ ਫੇਪਰ ਦਬਕਾ ਮਾਰਨਾ ਫੇਪਰ ਝਣਾ ਕਿਹੜੀ ਗੱਲ ਆ ਜਿਹੜੀ ਇਹਨਾਂ ਨੇ ਕੜੀ ਹੋਵੇ ਦੱਸ ਦੇਣਾ ਵਾਈਟ ਪੇਪਰ ਕੱਢਾ ਫਾਈਨੈਂਸ ਤੋਂ ਉਹਦਾ ਜਵਾਬ ਦੇ ਦੇਣ ਹਮ ਇੱਕ ਗੱਲ ਦਾ ਤਾਂ ਜਵਾਬ ਦੇਣਾ ਵੀ ਅਸੀਂ ਆ ਕਰਿਆ ਜੀ ਆ ਅਸੀਂ ਚੰਗਾ ਕਰਤਾ ਆ ਦੇਖ ਲੋ ਤੁਹਾਡੇ ਸਾਹਮਣੇ ਹਮ ਆ ਹੁਣ ਜਿਹੜੇ ਆਮਦਨਿਕ ਕਲੀਨਿਕ ਖੋਲੇ ਸੀ ਬਿਲਕੁਲ ਹੁਣ ਕਿਉਂ ਕਹੀ ਜਾਂਦੇ ਨੇ ਚਮਕਣ ਦੇ ਨੇ ਕੋਈ ਨਹੀਂ ਹੁਣ ਉਹਦਾ ਨਾਂ ਐ ਨਹੀਂ ਆਏ ਬਦਲ ਲਾਂਗੇ ਐ ਨਹੀਂ ਆਏ ਬਦਲ ਲਾਂਗੇ ਕੀ ਕਹਿੰਦੇ ਨੇ ਆ ਕੱਲ ਪਰਸੋਂ ਇੱਕ ਰਿਪੋਰਟ ਸੀਗੀ ਕਿ ਇਹਨਾਂ ਦਾ ਗੋਦਾਮ ਸੀ ਉਹਰੇ ਉੱਚ ਦਵਾਈਆਂ ਪਈਆਂ ਸੜ ਗਈਆਂ ਹੂੰ ਉਹਦਾ ਕਿਰਾਇਆ ਵੀ 7-8 ਕਰੋੜ ਤੱਕ ਗਿਆ ਜੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਆ ਖਰੜ ਦੇ ਵਿੱਚ ਆnde ਇਹ ਹੈ ਬਿਲਕੁਲ ਖਰੜ ਦੇ ਵਿੱਚ ਤੁਹਾਡਾ ਗੋਦਾਮ ਹੋਵੇ ਮਾਰਕੀਟ ਕਮੇਡੀ ਚ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਖੜਚੀ ਤੁਹਾਡੀ ਉਹ ਹੈਡਸਟਰਨ ਕਾਰਪੋਰੇਸ਼ਨ ਬੈਠੀ ਜਿਹਨੇ ਉਹ ਗੋਦਾਮ ਲਿਆ ਹੋਇਆ ਹੂੰ ਉਹਨੂੰ ਪਤਾ ਹੀ ਨਾ ਹੋਵੇ ਇਤੋਂ ਵੱਧ ਤੁਹਾਡਾ ਕੀ ਹਾਲ ਹੋਏਗਾ ਥੋੜਾ ਕਿਤੇ ਕੰਟਰੋਲ ਨਹੀਂ ਹੈ ਇਹ ਨਹੀਂ ਹੁੰਦਾ ਹੁੰਦਾ ਵੀ ਮੁੱਖ ਮੰਤਰੀ ਨੇ ਜਾਂ ਮੰਤਰੀ ਨੇ ਜਾ ਕੇ ਮਹਿਕਮਾ ਚਲਾਉਣਾ ਹੁੰਦਾ ਹੂੰ ਜੇ ਇਹ ਹੁੰਦਾ ਕਿ ਹੁਕਮ ਕਰਨਾ ਹੁੰਦਾ ਵੀ ਆਹ ਕੰਮ ਹੋਊਗਾ ਤੇ ਐਂ ਹੀ ਹੋਣਾ ਇਹ ਛੋਟੀ ਜਿਹੀ ਗੱਲ ਹੈ ਨਾ ਮੈਂ ਜੀ ਜੇ ਤੁਸੀਂ ਕੰਮ ਦੱਸਿਆ ਹੋਵੇ ਅਸੀਂ ਆਹ ਕਰਨਾ ਥੋੜੇ ਮਨਸ਼ਾ ਹੋਵੇ ਮੈਂ ਯੂਨੀਵਰਸਿਟੀ ਦਾ ਰਜਿਸਟ੍ਰਾਰ ਸੀ ਠੀਕ ਹੈ ਇੱਕ ਦਿਨ ਮੈਂ ਆਪਣੇ ਆਫਿਸ 'ਚ ਬੈਠਾ ਤੇ ਆਏ ਖਿੜਕੀ ਦੇ ਨਾਲ ਬਾਹਰ ਟੈਂਟ ਲੱਗਿਆ ਹੋਇਆ ਹੂੰ ਜੂਨ ਦਾ ਮਹੀਨਾ ਸੀ ਗਰਮੀ ਤੁਹੇ ਕੁਰਸੀਆਂ ਲੱਗੀਆਂ ਹੋਈਆਂ ਮੈਂ ਪੀਣ ਨੂੰ ਬੁਲਾਇਆ ਵੀ ਟੈਂਟ ਕਾ ਦਾ ਲੱਗਿਆ ਅੱਜ ਹੂੰ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਡਿਪਟੀ ਸਾਹਿਬ ਨੇ ਲਵਾਇਆ ਬਲਾਓ ਡਿਪਟੀ ਸਾਹਿਬ ਕਹਿੰਦਾ ਸਾਰਾ ਅੱਜ ਨਾ ਆਖਰੀ ਦਿਨ ਹੈ ਐਮਬੀਬੀਸ ਦੇ ਦਾਖਲੇ ਦੇ ਫਾਰਮ ਲੈਣ ਦਾ ਅੱਛਾ ਤੇ ਮੈਂ ਕਹਿੰਦਾ ਸੱਤ ਖਿੜਕੀਆਂ ਖੁਲਾਤੀਆਂ ਹੂੰ ਤੇ ਨਾਲ ਮੋਹਰਾਂ ਮਦਵਾਤੀਆਂ ਵੀ ਜੇ ਬਿਜਲੀ ਬਿਜਲੀ ਚਲੀ ਜਾਵੇ ਨਾ ਮੋਹਰ ਲਾ ਕੇ ਉਹਨਾਂ ਨੂੰ ਤਾਂ ਵੇਲੇ ਕਰੋ ਹੂੰ ਕਿ ਮੈਂ ਟੈਂਟ ਲਵਾਤਾ ਕੁਰਸੀਆਂ ਲਵਾਤੀਆਂ ਠੰਡਾ ਪਾਣੀ ਰੱਖਤਾ ਜੇ ਕਿਸੇ ਨੂੰ ਚਾਹ ਦੀ ਡੋਢ ਚਾਹ ਵੀ ਪਲਾਵਾਂਗੇ ਜੇ ਮੈਨੂੰ ਪਤਾ ਵੀ ਜੇ ਕਿਸੇ ਨੇ ਧੁੱਪੇ ਖੜਾ ਤੁਸੀਂ ਦੇਖ ਲਿਆ ਤੇ ਮੇਰੀ ਖਚਾਈ ਹੋ ਜਾਣੀ ਹੈ ਉਹ ਮੰਦਾ ਹੀ ਪਤਾ ਵੀ ਨਹੀਂ ਮੈਨੂੰ ਟੈਂਟ ਲਵਾਇਆ ਉਹਨੂੰ ਪਤਾ ਹੈ ਵੀ ਰਜਿਸਟਰਾਰ ਨੇ ਮੈਨੂੰ ਮਾਫ ਨਹੀਂ ਕਰਨਾ ਜੇ ਉੱਥੇ ਕੋਈ ਖੜਾ ਰਿਹਾ ਕੋਈ ਧੁੱਪੇ ਖੜਾ ਰਿਹਾ ਇਹਦਾ ਫਾਰਮ ਨਾਲ ਲਿਆ ਗਿਆ ਹਾਲਾਂਕਿ ਮੈਂ ਤੇ ਵੀ ਨਹੀਂ ਯਾਦ ਸੀ ਵੀ ਇਹ 10 ਡੇਟ ਹੈ ਪਰ ਉਹਨੂੰ ਪਤਾ ਵੀ ਖਿੜਕੀ ਚੋਂ ਦੇਖਦਾ ਜੇ ਕਿਤੇ ਲਾਈਨ 'ਚ ਖੜੇ ਦੇਖ ਲੇ ਮੇਰੀ ਸ਼ਾਂਤ ਆ ਜਾਣੀ ਹੈ ਹਾਲਾਂਕਿ ਮੈਂ ਕਦੇ ਜੀਵਨ ਚ ਸਗਾ ਨੀਤੀ ਸਭ ਨੂੰ ਪਤਾ ਵੀ ਕੰਮ ਕਰਨਾ ਬਿਲਕੁਲ ਇਹ ਇਹ ਦੱਸੋ ਇਹ ਇਹਨਾਂ ਦੇ ਇਹਨਾਂ ਦਾ ਕੀ ਹੈ ਕੰਮ ਕੋਈ ਆਪ ਨਹੀਂ ਕਰੀਦਾ ਸਾਰਾ ਮੈਂ ਹੁਣ ਪੇਪਰ ਆਪ ਥੋੜਾ ਮਾਲ ਕਰੂੰਗਾ ਸਾਰੇ ਪਰ ਜੇ ਪੇਪਰ 'ਚ ਗਲਤ ਨੰਬਰ ਲੱਗ ਗਿਆ ਤਾਂ ਜ਼ਿੰਮੇਵਾਰ ਤੇ ਮੇਰੀ ਹੀ ਹੈ ਬਿਲਕੁਲ ਮੈਂ ਕਹਾਂ ਨਹੀਂ ਹੁਣ ਮੈਂ ਕੀ ਕਰਾਂ ਜਾਏ ਮੈਂ ਕੀ ਕਰਾਂ ਕਹਿੰਦੇ ਨੇ ਆ ਪੰਜਾਂ ਦਾ ਹੱਥ ਬਾ ਦਿਖਾ ਦਿੰਦਾ ਮੈਂ ਤੁਸੀਂ ਕਹਿੰਦੇ ਹੋ ਨਾ ਇਹ ਸਰਕਾਰ ਕੰਮ ਕਰਦੀ ਹੈ ਆ ਲੈ ਇਹ ਸਾਰੀਆਂ ਭਗਵੰਤ ਮਾਨ ਦੇ ਦਸਤੂਰੀਆਂ ਚਿੱਠੀਆਂ ਨੇ ਜੀ ਇੱਕ ਵੀ ਚਿੱਠੀ ਰੈਕਸ਼ਨ ਹੋਇਆ ਹੋਵੇ ਤਾਂ ਦੱਸ ਦੇਣਾ ਆ ਲੋ ਦੇਖ ਨਹੀਂ ਆ ਵੀ ਜਿੰਵੇਂ ਨਹੀਂ ਆਂ ਦੋ ਪਿਛਲੀਆਂ ਇਹ ਪਤੰਤ ਮਾਨ ਸਾਹਿਬ ਦੇ ਦਫ਼ਤਰ ਚੋਂ ਆਈਆਂ ਹੋਈਆਂ ਚੀਜ਼ਾਂ ਨੇ ਰਾਈਟ ਟੂ ਇਨਫੋਰਮੇਸ਼ਨ ਚ ਠੀਕ ਹੈ ਇਹ ਇਹ ਸਰਕਾਰ ਹੈ ਜਿਹੜੀ ਕੰਮ ਕਰਦੀ ਹੈ ਇਹ ਤੋਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਇਹ ਸਰਕਾਰ ਕਿੰਨਾ ਕੰਮ ਕਰਦੀ ਹੈ ਤੇ ਕਿੰਨਾ ਕਰੂਗੀ ਸੋ ਆਪਾਂ ਨੂੰ ਇਹ ਗੱਲ ਸਮਝ ਹੋ ਜਾਣੀ ਚਾਹੀਦੀ ਹੈ ਵੀ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ ਡਿਸਪਲਿਨ ਨਾਲ ਠੀਕ ਹੈ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ ਨੀਤੀ ਨਾਲ ਜੀ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ ਨੀਤ ਨਾਲ ਜੀ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ ਕਾਨੂੰਨ ਨਾਲ ਹਮ ਸਰਕਾਰਾਂ ਚੱਲਦੀਆਂ ਨੇ ਇੱਕ ਟੀਮ 'ਚ ਜੀ ਜੇ ਇੱਕ ਬੰਦਾ ਨਹੀਂ ਵਿੱਚੋਂ ਕੰਮ ਕਰਦਾ ਫਿਰ ਸਾਰਾ ਗੜਬੜ ਹੋ ਜਾਂਦੀ ਹੈ ਗੱਡੀ ਦਾ ਇੱਕ ਪਹੀਆ ਖਰਾਬ ਹੋ ਜਾਣਾ ਫਿਰ ਸਾਰੀ ਗੱਡੀ ਲੀਹੋਂ ਲੱਥ ਜਾਂਦੀ ਹੈ ਸੋ ਇਹਨਾਂ ਦਾ ਸਭ ਕੁਝ ਲੀਹੋਂ ਲੱਥਾ ਹੋਇਆ ਇਹ ਸਿਰਫ ਗੱਲਾਂ ਮਾਰਦੇ ਨੇ ਇਹਨਾਂ ਦੇ ਕਿਸੇ ਮਹਿਕਮੇ ਜਾ ਰਹੋ ਹੂੰ ਆ ਪੰਚਾਇਤ ਚੋਣਾਂ ਦਾ ਪੰਚਾਇਤ ਚੋਣਾਂ ਚ ਕਹਿੰਦੇ ਅਸੀਂ ਪੰਚਾਇਤ ਦਾ ਭੰਗ ਕਰਤੀਆਂ ਪੰਚਾਇਤ ਤਾਂ ਆਪ ਹੀ ਭੰਗ ਹੋ ਜਾਂਦੇ 5 ਸਾਲਾਂ ਬਾਅਦ ਜਦੋਂ 5 ਸਾਲ ਹੋ ਗਏ ਉਹ ਰਹੀ ਹੋਈ ਨਹੀਂ ਤੇ ਤੁਸੀਂ ਕਹਿੰਦੇ ਅਸੀਂ ਭੰਗ ਕਰਤੀ ਕਿਸੇ ਦਾ ਠੇਕਾ 1 ਸਾਲ ਦਾ ਸਾਲ ਖਤਮ ਹੋ ਗਿਆ ਫੇ ਠੇਕਾ ਦਾ ਖਤਮ ਹੋ ਗਿਆ ਤੁਸੀਂ ਕਹੋ ਜੀ ਅਸੀਂ ਠੇਕਾ ਇਹਦਾ ਬੰਦ ਕਰਤਾ ਠੇਕਾ ਖਤਮ ਕਰਤਾ ਉਹ ਖਤਮ ਤਾਂ ਆਪ ਹੀ ਹੋ ਗਿਆ ਜਦੋਂ ਉਹ ਦਿਨ ਹੀ ਲੰਘ ਗਿਆ ਉਹ ਟੋਲ ਪਲਾਜ਼ਿਆਂ ਵਾਲਾ ਕੰਮ ਉਹਦਾ ਮਿਆਦ ਆਪੇ ਖਤਮ ਹੋ ਗਈ ਇਹ ਕਹਿੰਦੇ ਅਸੀਂ ਨਹੀਂ ਨਹੀਂ ਉਹਦੇ ਚ ਨਹੀਂ ਉਹਦੇ ਚ ਨਹੀਂ ਉਹਦੇ ਨਹੀਂ ਮੈਗਰੀ ਕਰਦਾ ਮਿਆਦ ਪਹਿਲਾਂ ਵੀ ਖਤਮ ਹੁੰਦੀ ਸੀ ਉਦੋਂ ਟਾਲ ਪਲਾਜ਼ੇ ਚੱਲਦੇ ਰਹਿੰਦੇ ਸੀ ਕਿਉਂਕਿ ਨਾਲ ਮਿਲ ਕੇ ਚਲਾਉਂਦੇ ਸੀ ਉਹਨੂੰ ਟਾਈਮ ਵਾਧੂ ਦੇ ਦਿੰਦੇ ਸੀ ਉਹ ਇਹਨੇ ਸੱਚਮੁੱਚ ਹੀ ਬੰਦ ਕਰਾਏ ਨੇ ਠੀਕ ਹੈ ਪਰ ਨੁਕਸਾਨ ਕੀ ਕਰਿਆ ਟਾਲ ਪਲਾਜ਼ੇ ਤਾਂ ਬੰਦ ਕਰਾਤੇ ਟਾਲ ਤੋਂ ਲੱਗ ਨੂੰ हट ਗਈ ਤੇ ਉਹ ਹਟ ਗਈ ਨੂੰ ਕਾਰਾਂ ਵਾਲਿਆਂ ਨੂੰ ਜਿਹੜੀ ਬਸ ਜਾ ਰਹੀ ਹੈ ਉਹਦਾ ਕਿਰਾਇਆ ਕਿਤਾਇਆ ਟਾਲ ਦਾ ਕਿਰਾਇਆ ਵਿੱਚ ਆਇਆ ਤੇ ਉਹ ਟਾਲ ਤੁਸੀਂ ਹਟਾ ਦੀ ਤੁਸੀਂ ਕਹਿੰਦੇ ਜੇ ਮੈਂ ਸਮਾਨੇ ਵਾਲਾ ਬੈਰੀ ਹਟਾਤਾ ਮੈਂ ਫਲਾਣਾ ਕੋਟਕਪੁਰੇ ਵਾਲਾ ਹਟਾਤਾ ਮੈਂ ਫਲਾਣਾ ਜੀ ਉਹ ਨੀਲੋਂ ਵਾਲਾ ਹਟਾਤਾ ਹਟਾਤਾ ਹੋਊਗਾ ਤੇ ਦੁਕਾਨਾਂ ਕੀ ਫਾਇਦਾ ਲੋਕਾਂ ਦਾ ਕਰਾਇ ਉਹ ਨਹੀਂ ਪੈ ਰਿਹਾ ਕਰਾਇ ਤਾਂ ਹੋਰ ਵਾ ਜਿਹੜਾ ਸਧਾਰਨ ਗਰੀਬ ਆਦਮੀ ਨੂੰ ਕਰਾਇਆ ਪੈ ਉਹ ਤਾਂ ਹੋਰ ਵਧੇ ਤੇ ਵੱਖਰੀ ਗੱਲ ਹੈ ਸੋ ਗੱਲ ਨੂੰ ਦੂਜੇ ਪਾਸੇ ਜਾਣ ਤੋਂ ਤੁਹਾਨੂੰ ਲੱਗਦਾ ਬਹੁਤ ਮੈਂ ਗੱਲ ਟਾਲ ਵੀ ਕਰ ਰਿਹਾ ਹੂੰ ਉਹਦੇ 'ਚ ਹੋਰ ਗੱਲ ਤੁਸੀਂ ਨਵੀਂ ਪਾਤੀ ਉਹ ਵਧੇ ਉਹ ਵੱਖਰੀ ਗੱਲ ਹੈ ਜਿਹੜਾ ਟਾਲ हटਾਈ ਆ ਉਹਦਾ ਨੁਕਸਾਨ ਕਿਹਨੂੰ ਹੋਇਆ ਹੂੰ ਉਹਦਾ ਨੁਕਸਾਨ ਹੋਇਆ ਆਮ ਆਦਮੀ ਨੂੰ ਕਿਉਂਕਿ ਉਹ ਤਾਂ ਕਰਾਇ ਉਹ ਨਹੀਂ ਜਾ ਰਹੇ ਪ੍ਰਾਈਵੇਟ ਮਸਾਂ ਵਾਲੇ ਉਹ ਨਹੀਂ ਲੈ ਰਹੇ ਨੇ ਜੀ ਸੋ ਇਸ ਕਰਕੇ ਉਹ ਜ਼ਿਆਦਾ ਨੁਕਸਾਨ ਹੋਇਆ ਫਾਇਦੇ ਦੀ ਬਜਾਏ ਉਹਨਾਂ ਤੋਂ ਚਾਹ ਰਹੇ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਨੂੰ ਕਰਤੇ ਨੇ ਨੂੰ ਮੰਨ ਦੁੱਬਾ ਕੀ ਲੈਸ ਜੇ ਉਹਨਾਂ ਨੇ ਟਾਲ ਹਟਾਈ ਆ ਉਹ ਤਾਂ ਕਾਲਾਂ ਨੇ ਦੀ ਹਟੀ ਆ ਉਹ ਇਹ ਆਮ ਲੋਕਾਂ ਦੀ ਚਾਹਤੀ ਨਹੀਂ ਆਮ ਲੋਕ ਜਿਹੜੇ ਬਸਾਂ ਜਾਂਦੇ ਨੇ ਉਹਨਾਂ ਦੇ ਉੱਤੇ ਤਾਂ ਉਹਦਾ ਦਿਮਾਗ ਚ ਫालतੂ ਪੈ ਰਿਹਾ ਤੇ ਦੂਜੇ ਕਮਾਈ ਜਾ ਰਹੇ ਨੇ ਹੁਣ ਤੁਹਾਡੇ ਸਵਾਲ ਦਾ ਜਵਾਬ ਦੂਜੇ ਇਹਨਾਂ ਨੇ ਆ ਕੇ ਪਹਿਲਾਂ ਇਹਨਾਂ ਨੇ ਕਰਤਾ ਵੀ 15 ਰੁਪਏ ਦੀ ਕਿਸ਼ਟੇਸ਼ਨ ਤੋਂ ਦੂਜੇ ਸੱਕਾ ਕਟੋ ਕਟ ਕਰਾਇਆ ਉਹ ਭਾਈ ਜੀ ਨੇ 2 ਕਿਲੋਮੀਟਰ ਜਾਣਾ ਤਾਂ 15 ਰੁਪਏ ਕਰਾਇਆ ਫਿਰ ਆ ਕਿਰਾਏ ਹੁਣ ਵਧਾਏ ਨੇ ਕਿਰਾਏ ਵਧਾਏ ਨੇ ਕਹਿੰਦੇ 1 ਰੁਪਿਆ 45 ਪੈਸੇ ਕਰਾ ਕਰਤਾ ਸੀ ਜੇ 1 ਰੁਪਿਆ 45 ਪੈਸੇ ਕਰਤਾ ਉਹਦੇ ਹਿਸਾਬ ਨਾਲ ਗਿਣੋ ਨਾ ਕਿੰਨੇ ਕਿਲੋਮੀਟਰ ਨੇ ਇੱਕ ਢੇ ਤੋਂ ਦੂਜੇ ਢੇ ਦੇ ਉਹ ਗਿਣੇ ਨਹੀਂ ਉਹਦੇ ਨਾਲ ਕਈ ਜਗ੍ਹਾ ਤੇ 20 25 25 30 ਰੁਪਏ ਕਰਾ ਦੇ ਵਾਧੂ ਨੇ ਜਿੱਥੇ 200 ਰੁਪਏ ਕਰਾਇਆ ਉਹ ਜੇ 250 ਹੋ ਗਿਆ ਹੁਣ ਇਹਨਾਂ ਦੇ ਹਿਸਾਬ ਨਾਲ ਤਾਂ ਮੰਨ ਲਓ ਵੀ ਉਹਦੇ ਵਿੱਚ 30 35 ਰੁਪਏ ਫालतू ਨੇ ਜੇ ਉਹ ਕੈਲਕੂਲੇਟ ਕਰਨਗੇ ਗਿਣਤੀ ਨਾਲ ਜਿੰਨੇ ਤੋਲ ਵੀ ਨਹੀਂ ਛੱਡੇ ਹਾਲਾਂਕਿ ਬਿਨਾਂ ਤੋਲ ਛੱਡੇ ਵੀ ਤਾਂ ਵੀ ਜਿੰਨਾ ਕਰਾਇਆ ਇਹਨਾਂ ਨੂੰ ਪਤਾ ਇਹਨਾਂ ਨੂੰ ਪੁੱਛ ਲੈਣਾ ਟਰਾਂਸਪੋਰਟ ਮਿਨਿਸਟਰ ਨੂੰ ਲਾਜੀਤਪੁਰ ਦਰਨੇਸ਼ਰ ਜੀ ਉਹਨਾਂ ਨੂੰ ਪੁੱਛ ਲਓ ਉਹ ਤਾਂ ਨਾਲੇ ਪੜੇ ਵਿਖੇ ਤੇ ਵੀ ਮੈਂ ਤਾਂ ਜੀ ਬਹੁਤ ਸਿਆਣਾ ਉਹ ਦੱਸ ਦੇਣ ਕਿ ਜੇ ਤੁਸੀਂ ਕਹਿੰਦੇ ਅਸੀਂ 1 ਰੁਪਿਆ 45 ਪੈਸੇ ਕਿਲੋਮੀਟਰ ਕਰਤਾ ਕਰਾਇਆ ਤੇ ਤੁਸੀਂ ਕਰਾਇਆ ਭਾਈ ਗਿਣ ਲਓ ਕਿੰਨੇ ਕਿਲੋਮੀਟਰ ਹੈ ਇੱਕ ਅੱਡੇ ਤੋਂ ਸਾਰੇ ਅੱਡੇ ਮੈਪ ਹੋਏ ਹੋਏ ਨੇ ਸਾਰਿਆਂ ਦਾ ਪਤਾ ਵੀ ਕਿੰਨਾ ਹੈ ਜੇ ਆਪਾਂ ਇੱਥੋਂ ਚੱਲੀ ਚੰਡੀਗੜ੍ਹ ਤੋਂ ਸਭ ਨੂੰ ਪਤਾ ਵੀ ਇੱਥੋਂ ਜੀਰਕਪੁਰ ਕਿੰਨੀ ਦੂਰ ਹੈ ਅੱਗੇ ਬਨੂੜ ਕਿੰਨੀ ਦੂਰ ਹੈ ਅੱਗੇ ਰਾਜਪੁਰਾ ਕਿੰਨੀ ਦੂਰ ਹੈ ਜਾਂ ਵਿਚਾਲੇ ਕਾਢੋ ਮਾਜਰਾ ਕਿੰਨੀ ਦੂਰ ਹੈ ਅੱਗੇ ਰਾਜਪੁਰੇ ਤੋਂ ਬਾਅਦ ਆਪਾਂ ਕਹਿੰਦੇ ਵੀ ਆਪਣਾ ਉਹ ਕੋਡੀ ਕਿੰਨੀ ਦੂਰ ਹੈ ਯੂਨੀਵਰਸਿਟੀ ਕਿੰਨੀ ਦੂਰ ਹੈ ਜਬਾ ਹੜਗੜ ਕਿੰਨੀ ਦੂਰ ਹੈ ਸਭ ਨੂੰ ਪਤਾ ਹੈ ਜੀ ਇਹਨਾਂ ਦੇ ਅੱਡੇ ਮੈਪ ਹੋਏ ਹੋਏ ਨੇ ਠੀਕ ਹੈ ਉੱਥੋਂ ਸੰਗਰੂਰ ਤੋਂ ਚੱਲਦੇ ਆ ਸੰਗਰੂਰ ਤੋਂ ਚੱਲੋ ਵੀ ਸਭ ਨੂੰ ਪਤਾ ਵੀ ਬਡੁਰਖਾ ਕਿੰਨੀ ਦੂਰ ਹੈ ਮਸਤਵਾਨਾ ਕਿੰਨੀ ਦੂਰ ਹੈ ਹਰੀਗੜ ਕਿੰਨੀ ਦੂਰ ਹੈ ਤਨ ਬੜਬੜ ਕਿੰਨੀ ਦੂਰ ਹੈ ਤਨੌੜਾ ਕਿੰਨੀ ਦੂਰ ਹੈ ਜਿਨੂੰ ਨਹੀਂ ਪਤਾ ਤੁਸੀਂ ਉਹ ਕਰਾਏ ਜਿਨੂੰ ਬੀਐਨ ਕਿਦੋ ਮਿੱਤਰ ਜੇ ਨਾ ਕਰਾਇਆ ਤੁਸੀਂ ਟੇਬਲ ਨਮ ਕਰੋਣਾ ਰੁਪਿਆ ਲੋਕਾਂ ਦੇ ਉੱਤੇ ਗਰੀਬ ਆਦਮੀ ਬੱਸ ਚ ਟ੍ਰੈਵਲ ਕਰਦਾ ਬੱਸ ਹੋਰ ਕੋਈ ਅਮੀਰ ਨਹੀਂ ਜਾਂਦਾ ਹੁੰਦਾ ਅੱਜ ਕੱਲ ਗਰੀਬ ਆਦਮੀ ਬੱਸ ਜਾ ਰਿਹਾ ਉਹਦੇ ਤੁਸੀਂ ਕਰੋਣਾ ਰੁਪਿਆ ਦਾ ਬੋਝ ਪਾਈ ਜੰਨੇ ਤੁਸੀਂ ਕਹਿੰਦੇ ਮੈਂ ਲੋਕਾਂ ਦਾ ਤੁਸੀਂ ਕਿਹੜੇ ਲੋਕਾਂ ਦੇ ਹੋ ਤੁਸੀਂ ਤਾਂ ਲੋਕਾਂ ਦੀ ਲੁੱਟ ਕਰਾ ਰਹੇ ਹੋ ਤੁਸੀਂ ਵੱਡਿਆਂ ਦੇ ਹੋ ਪਰ ਡਾਕਟਰ ਸਾਹਿਬ ਜੇ ਇੰਨਾ ਪੈਸਾ ਉਹ ਖਰਚ ਰਿਆ ਫਿਰ ਵੀ ਕਹਿੰਦੇ ਪੀਆਰਟੀਸੀ ਜਾਂ ਉਹ ਘਾਟੇ ਚ ਕਿਉਂ ਜਾ ਰਹੀ ਆ ਫਿਰ ਵੀ ਆਪਾਂ ਬੱਸਾਂ ਦੇਖਦੇ ਆ ਹਾਲਤ ਬੱਸਾਂ ਦੀ ਖਸਤਾ ਕੀ ਬਹੁਤ ਸਾਰੇ ਰੂਟਾਂ ਦੇ ਉੱਤੇ ਬੱਸਾਂ ਬੜੀਆਂ ਘਾਟਾ ਲੋਕਾਂ ਨੂੰ ਇੰਨੀ ਪਰੇਸ਼ਾਨੀ ਹੁੰਦੀ ਆ ਬੱਸਾਂ ਲੱਦ ਲੱਦ ਕੇ ਜਾਂਦੀਆਂ ਨੇ ਫਿਰ ਇਹ ਹਾਲਤ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਕਿ ਇਹਦੇ ਪਿੱਛੇ ਕਾਰਨ ਕਰਾਪਸ਼ਨ ਦੋਨੇ ਪਾਸੇ ਕਰਾਪਸ਼ਨ ਹੈ ਇਹਨਾਂ ਦਾ ਬਾਬਾ ਆਦਮਾ ਨਾਲ ਨਾ ਇਹਨਾਂ ਦੇ ਮਨ ਜਿਹੜੇ ਮੁਝੇਰ ਕੰਮ ਕਰਨ ਦੂਜੀ ਗੱਲ ਕੀ ਆ ਵੀਹਾ ਕਹਤਾ ਵੀ ਬੀਬੀਆਂ ਨੂੰ ਅਸੀਂ ਜਿਹੜੀ ਬੀਬੀ ਨੇ 15000 ਦਾ ਪਰਸਪਾਇਆ ਉਹਨੂੰ ਬਸ ਮੁਫਤ ਟ੍ਰੈਵਲ ਕਿਉਂ ਕਰਾਇਆ ਜਾਵੇ ਭਈ ਇੱਕ ਬੰਦਾ ਗਰੀਬ ਆਦਮੀ ਐ ਉਹਦੇ ਘਰੇ ਕੋਈ ਔਰਤ ਨਹੀਂ ਐ ਉਹਦਾ ਬੱਚਾ ਬਿਮਾਰ ਐ ਉਹਨੂੰ ਤਾਂ ਤੁਸੀਂ ਦੁੱਗਣਾ ਕਰਾਇਆ ਲੈ ਰਹੇ ਹੋ ਜਾ ਵੀ ਉਹ ਖੜਕੇ ਰਿਹਾ ਤੇ ਉਹ ਜਿਹੜੀ ਬੀਬੀ ਨੂੰ ਨਾਲੇ ਤੁਸੀਂ ਨੌਕਰੀ ਦਿੱਤੀ ਐ 2 ਲੱਖ ਦੀ ਨਾਲੇ ਉਹ 15000 ਦਾ ਪਰ ਚੁੱਕਿਆ ਹੋ ਉਹ ਮੁਫਤ ਜਾ ਰਹੀ ਐ ਇਹ ਕਿੱਥੋਂ ਦਾ ਇਨਸਾਫ ਐ ਇਹ ਇਹ ਕੋਈ ਇਨਸਾਫ ਨਹੀਂ ਐ ਇਹਦਾ 3300 ਜੁਨਟ ਬਿਜਲੀ ਦੇ ਜਿਹੜਾ ਬੰਦਾ 2 2 ਡੂ ਡੂ ਲੱਖ ਤਨਖਾਹ ਦਾ ਲੈਂਦਾ ਐ 3 ਮੈਂ ਤਾਂ ਅਗਲੇ ਚੰਦ ਇੱਥੇ ਰਹਿਣਾ ਫਿਰ ਕਿਉਂ ਮੈਂ ਪੰਜਾਬ ਚ ਰਹਿੰਦਾ ਹੋਵਾਂ ਕਿ ਮੇਰੇ ਤਾਂ ਬਿਜਲੀ ਬਿਲ ਮੈਨੂੰ ਡੂਡ ਵੱਖ ਤਨਖਾਹ ਦਾ ਮਿਲਦਾ ਨਾਲੇ ਬਿਜਲੀ ਦਾ ਬਿਲ ਮਾਫ ਕਿਉਂ ਮਾਫ ਬਈ ਕੋਈ ਮੈਨੂੰ ਕਾਰਨ ਦੱਸੇ ਤਾਂ ਸੀ ਨਾ ਵੀ ਜਿਹਨੂੰ ਇੰਨੀ ਇੰਨੀ ਤਨਖਾਹ ਮਿਲਦੀ ਹੈ ਉਹਨਾਂ ਨੂੰ ਤੁਸੀਂ ਬਿਜਲੀ ਦਾ ਬਿਲ ਕਿਉਂ ਆਫ ਕਰੇ ਨੇ ਜਵਾਬ ਤਾਂ ਦਿਓ ਨਾ ਜੀ ਬਿਲਕੁਲ ਤੇ ਨਹੀਂ ਫਿਰ ਜਦ ਤੁਸੀਂ ਆਏ ਲਟਾਓਗੇ ਹੈ ਜੇ ਫੇਰਹੀਂ ਚੱਲਿਆ ਜਾਏਗਾ ਉਹ ਕਹਿੰਦੇ ਆਪਾਂ ਦੇ ਕੀ ਨਾ ਨਾ ਖਜ਼ਾਨਾ ਲਟਾ ਦੋ ਇਹ ਅਸਲ 'ਚ ਖਜ਼ਾਨਾ ਲਟਾਉਣ ਤੇ ਆਏ ਨੇ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਇਹਨਾਂ ਨੇ ਪਤਾ ਨਹੀਂ ਆਏ ਹੀ ਬਹੁਤਾ ਦੇ ਮਤਲਬ ਉਹੀ ਪਹਿਲੇ ਵਾਲਾ ਕੰਮ ਆ ਜੋ ਪਹਿਲਾਂ ਤੇ ਇਲਜ਼ਾਮ ਲਾਉਂਦੇ ਸੀ ਵੀ ਭਾਈ ਖਜ਼ਾਨਾ ਖਾਲੀ ਕਰ ਗਏ ਕਰ ਗਏ ਉਹੀ ਕੰਮ ਇਹ ਕਰ ਰਹੇ ਨੇ ਨਹੀਂ ਉਦੋਂ ਵੀ ਜ਼ਿਆਦਾ ਕਰ ਰਹੇ ਨੇ ਉਹਨਾਂ ਨੇ ਫੇਰ ਨਹੀਂ ਉਹਨਾਂ ਖਾਦੀ ਕਰਾ ਜਿੰਨਾ ਇਹਨਾਂ ਨੇ ਕਰਨਾ ਹੈ ਤੁਸੀਂ ਦੇਖੋ ਸਹੀ ਇਹਨਾਂ ਦਾ ਇਹਨਾਂ ਨੂੰ ਤਾਂ ਕਰਜ਼ਾ ਲੈਣਾ ਔਖ ਹੋਇਆ ਪਿਆ ਇਹ ਹੁਣ 2.5 ਸਾਲ ਹੋ ਗਏ ਨਾ ਇਹ 3 ਕਸਾਲ 3.5 ਸਾਲ ਬਾਅਦ ਤੁਸੀਂ ਦੇਖੋ ਇਹਨਾਂ ਦਾ ਹਾਲ ਕੀ ਹੋਣਾ ਇਨੋਂ ਸਰਕਾਰ ਚਲਾਉਣੀ ਮੁਸ਼ਕਲ ਹੋ ਜਾਣੀ ਆ ਕਰਜਾ ਮਿਲਣਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਬਾਜ਼ਾਰ ਚੋਂ ਕਰਜ਼ਾ ਲੈਣਾ ਪੈਣਾ ਜੇ ਕਿ ਜੇ ਮੋਦੀ ਦੀ ਸਰਕਾਰ ਹੀ ਚੱਬੀ ਰਹੀ ਨਾ ਫਿਰ ਤੁਸੀਂ ਦੇਖੋ ਸਹੀ ਕੀ ਸ਼ੋਰ ਹੁੰਦਾ ਉਹ ਤਾਂ ਰੌਲਾ ਪਿਆ ਹੋਇਆ ਹੈ ਵੀ ਸ਼ਾਇਦ ਕੋਈ ਨਹੀਂ ਪਤਾ ਕੇਂਦਰ ਦੀ ਸਰਕਾਰ ਹੀ ਟੁੱਟ ਜੇ ਕੀ ਹੋ ਜੇ ਕੀ ਨਾ ਹੋ ਜੇ ਮਿਡਟਰਨ ਪੋਲ ਮੋਦੀ ਸਾਹਿਬ ਆਪ ਹੀ ਕਰਾ ਦੇਣ ਕਿਉਂਕਿ ਕਮਜ਼ੋਰੀ ਚ ਨੇ ਵੀ ਹੁਣ ਦੁਬਾਰਾ ਤਕੜੇ ਹੋ ਜਾਣਗੇ ਕਈ ਵੀ ਵੀਰ ਜੀ ਗੇਮ ਖੇਡਦੇ ਨੇ ਪੋਲਿਟੀਸ਼ਨ ਤੇ ਉਹਦੇ ਵਿੱਚ ਤਾਂ ਇਹ ਇਹ ਤਾਂ ਪੰਜਾਬ ਦਾ ਤਾਂ ਹਾਲ ਮਾੜਾ ਹੈ ਪੰਜਾਬ ਦੇ ਅਥਾਰਟੀ ਦਾ ਹੁਣ ਇਹ ਕੈਗ ਦੀ ਰਿਪੋਰਟ ਆਈ ਹੈ ਉਹਨੂੰ ਦੇਖ ਲੈਣ ਹੂੰ ਇਹਨਾਂ ਨੇ ਤਾਂ ਜਿਹੜੇ ਕਾਲਜ ਨੇ ਹੂੰ ਕਾਲਜਾਂ ਦਾ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ 100 ਕਰੋੜ ਕੱਟ ਕੇ ਪੰਜਾਬੀ ਯੂਨੀਵਰਸਿਟੀ ਦਿੱਤਾ ਪੰਜਾਬੀ ਯੂਨੀਵਰਸਿਟੀ ਫੇਰ ਨਹੀਂ ਤਨਖਾਹ ਕਦੇ ਟਾਈਮ ਤੇ ਦਿੱਤੀ ਉੱਥੇ ਹਾਲ ਬੁਰਾ ਹੈ ਉੱਥੇ ਮੈਂ 80 80 ਲੱਖ 77 ਲੱਖ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਪੈਸਾ ਕਿੱਥੋਂ ਆਉਣਾ ਹੈ ਕਿੱਥੇ ਜਾਣਾ ਹੈ ਕਿੱਥੋਂ ਜਾਇਜ਼ ਪੈਸਾ ਆਉਣਾ ਹੈ ਉਹੀ ਹੁਣ ਕਿਰਾਏ ਵਧਾਏ ਨੇ ਵੈਸੇ ਮੇਰੀ ਸਮਝ ਇਹ ਹੈ ਵੀ ਇਹ ਕਹਿੰਦੇ ਨੇ ਜੀ ਪੈਟਰੋਲ ਦੇ ਉੱਤੇ ਅਸੀਂ ਭਾਰਤ ਪੈਸੇ ਪੈਟਰੋਲ ਦਾ ਤਾਂ ਕਿਰਾਏ ਨਾਲ ਕੋਈ ਸੰਬੰਧ ਨਹੀਂ ਡੀਜ਼ਲ ਹੈ ਹੂੰ ਡੀਜ਼ਲ ਤੇ 99 ਪੈਸੇ ਲੀਟਰ ਵਧਾਇਆ ਇਹਨਾਂ ਨੇ ਠੀਕ ਹੋ ਗਿਆ ਜੀ ਪਹਿਲੀ ਗੱਲ ਤਾਂ ਡੀਜ਼ਲ ਸਸਤਾ ਹੋ ਗਿਆ ਕੇਂਦਰ ਚ ਹੁਣ ਕੇਂਦਰ ਨਹੀਂ ਰੇਟ ਕਰਤਾ ਤੇ ਜੀ ਦੁਕਾਨਾਂ 'ਚ ਪੈਸੇ ਵਧਾ ਦਿੱਤਾ ਕੋਈ ਫਰਕ ਨਹੀਂ ਫਿਰ ਕਰਾਇਆ ਕਿਉਂ ਵਧਾਇਆ ਹੂੰ ਦੂਜੀ ਗੱਲ ਜੇ ਤੁਸੀਂ 99 ਪੈਸੇ ਵਧਾਏ ਨੇ ਲੀਟਰ ਦੇ ਠੀਕ ਹੈ ਤੁਸੀਂ 99 ਪੈਸੇ ਲੀਟਰ ਦੇ ਵਧਾ ਕੇ ਮੰਨ ਲਓ ਤੁਸੀਂ 4 ਰੁਪਏ ਵੀ ਵਧਾਤੇ ਹੂੰ 4 ਰੁਪਏ ਜੇ ਲੀਟਰ ਦੇ ਵਧਾਏ ਨੇ ਤਾਂ 1 ਰੁਪਿਆ ਕਿਲੋਮੀਟਰ ਦੀ ਬੱਸ ਨੂੰ ਮਹਿੰਗਾ ਪਿਆ ਕਿਉਂਕਿ 1 ਲੀਟਰ ਦੇ ਵਿੱਚ 4 ਕਿਲੋਮੀਟਰ ਜਾਂਦੀ ਹੈ ਬੱਸ ਬਿਲਕੁਲ 1 ਰੁਪਿਆ ਇੱਕ ਬੱਸ ਪੂਰੀ ਨੂੰ ਕਿਲੋਮੀਟਰ ਦਾ ਵਧ ਪਿਆ ਉਹਦੇ ਵਿੱਚ 20 ਵਾਰੀਆਂ ਤਾਂ ਹੋਣਗੀਆਂ ਹੀ ਬਿਲਕੁਲ ਜੇ 1 ਰੁਪਿਆ ਦਾ 5 ਪੈਸੇ ਹੀ ਵਧੇ ਤੁਸੀਂ ਕਿਰਾਇਆ ਵਧਾਓ ਕਿੰਨਾ ਵੱਡਾ ਇਹ ਕਹਾਦਾ ਵਧਾਇਆ ਇਹ ਪ੍ਰਾਈਵੇਟਾਂ ਨੂੰ ਲਾਭ ਦੇਣਾ ਹਾਂ ਅੱਜ ਜਿਹੜਾ ਤੁਸੀਂ ਕਹਿੰਦੇ ਹੋ ਪੀਆਰਟੀ ਸੀ ਚੱਲਦੀ ਹੋ ਇਸੇ ਕਰਕੇ ਨਹੀਂ ਚੰਗੀ ਜੇ ਪੀਆਰਟੀ ਸੀ ਪੰਜਾਬ ਰੋਡ ਜਾਂ ਪੰਨ ਬੱਸ ਵਗੈਰਾ ਠੀਕ ਚੱਲਣ ਲੱਗੀਆਂ ਤੇ ਫੇਰ ਭਾਈ ਪ੍ਰਾਈਵੇਟਾਂ ਦਾ ਕਿਵੇਂ ਚੱਲੂਗਾ ਆ ਸੀਟ ਜਿੱਦੇ ਮਰਸੰਦ ਰੋ ਚੱਲਦੀਆਂ ਨੇ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਸੀਟ ਜਿੱਦੀ ਬੱਸ ਟਾਈਮ ਤੇ ਨਾ ਪਹੁੰਚੀ ਹੋਵੇ ਮਿਲੀ ਨਾ ਹੋਵੇ ਸੀਟ ਜਾਂ ਕੁਝ ਹੋ ਰਾਇਆ ਜਾਂਦੀਆਂ ਨੇ ਨਾਲੇ ਭਰੀਆਂ ਭਰੀਆਂ ਜਾਂਦੀਆਂ ਹੂੰ ਸੋ ਉਹਨਾਂ ਦੀ ਉਹ ਵੀ ਤਾਂ ਕੋਈ ਚਵਾਈ ਰਿਹਾ ਨਾ ਬਿਲਕੁਲ ਸੋ ਇਸ ਕਰਕੇ ਇੰਨਾ ਦੀ ਆ ਬਸਾਂ ਦਾ ਤਾਂ ਬੁਰਾ ਹਾਲ ਹੈ ਤੇ ਉਹ ਕਿਉਂਕਿ ਇਹ ਪ੍ਰਾਈਵੇਟ ਟ੍ਰਾਂਸਪੋਰਟਾਂ ਨੂੰ ਇਹਨਾਂ ਨੇ ਬੈਨੀਫਿਟ ਦੇਣਾ ਸੀ ਉਹ ਦਿੱਤਾ ਇਹਨਾਂ ਨੇ ਹੂੰ ਹਰ ਪਾਸੇ ਇਹ ਪ੍ਰਾਈਵੇਟ ਨੂੰ ਲਾਭ ਦੇ ਰਹੇ ਨੇ ਜਾਂਦੇ ਐਨਆਰਸੀ ਨਾਲ ਪਈ ਹੋਊਗਾ ਕਿ ਜੀ ਪ੍ਰਾਈਵੇਟ ਨੂੰ ਲਾਭ ਦੇਣਾ ਸੀ ਇਹ ਮੰਤਰੀ ਜੀ ਨੇ ਆਪ ਹੀ ਕਿਹਾ ਕਿ ਪ੍ਰਾਈਵੇਟ ਨਹੀਂ ਤਾਂ ਪੱਧਰ ਹੈ ਸੀ ਬਾਕੀ ਜਗ੍ਹਾ ਤੇ ਹੋ ਰਹੀ ਸੀ ਇਹੀ ਉਹ ਕਹਿਣਗੇ ਇੰਨਾ ਇੰਨਾ ਤੁਸੀਂ ਲਾਭ ਦਿੱਤਾ ਜਿਹੜਾ ਟਰਾਂਸਪੋਰਟਰ ਹੈ ਉਹਦੇ ਕੋਲ ਤਾਂ ਫੇਰ ਪੈਸੇ ਨਹੀਂ ਹੂੰ ਜਿਹੜੇ ਉਹਨੇ ਪੈਸੇ ਲੈਣੇ ਨੇ ਉਹ ਜਮਈ ਗਰੀਬ ਆਦਮੀ ਜਦ ਦਿਹਾੜੀ ਕਰਦਾ ਤੁਸੀਂ ਦੱਸੋ ਬਸ ਚ ਆਮ ਬਸ ਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਚੜ ਕੇ ਰਾਜੀ ਬਿਲਕੁਲ ਜਿੰਨਾ ਚਿਰ ਉਹ ਮੁਫਤ ਆਲੀ ਚੜਦੇ ਨੇ ਹੂੰ ਜਾਂ ਥੋੜੀ ਚੰਗੀ ਬਸ ਹੋ ਤਾਂ ਤੇ ਬਹੁਤੇ ਤਾਂ ਲੋਕ ਆਪਣੀਆਂ ਗੱਡੀਆਂ ਚੱਪਦੇ ਸਕੂਟਰਾਂ થી ਜਾਂਦੇ ਨੇ ਗਰੀਬ ਜਮਈ ਗਰੀਬ ਹੈ ਜਿਹੜਾ ਉਹ ਬਸ ਚ ਚੜਦਾ ਹੈ ਉਹਦੇ ਉੱਤੇ ਤੁਸੀਂ ਜਮਾਰ ਚ ਪਾਤਾ ਔਰ ਜਿਹੜੀਆਂ ਪ੍ਰਾਈਵੇਟ ਬਸਾਂ ਲੋਕਲ ਰੂਟ ਨੇ ਉਹ ਤਾਂ ਜਮਈ ਗਰੀਬ ਫਿੰਡ ਦਾ ਵਿਚਾਰਾ ਉੱਠ ਕੇ ਬੀਬੀ ਆ ਕੋਈ ਬਜ਼ੁਰਗ ਆ ਕੋਈ ਕੋਈ ਆ ਜੋ ਵੀ ਆ ਉਹ ਜਾ ਰਹੇ ਨੇ ਸੋ ਇਸ ਕਰਕੇ ਇਹ ਸਿਸਟਮ ਇਹਨਾਂ ਦਾ ਇਹ ਹੋ ਗਿਆ ਵੀ ਇਦਾਂ ਕਰਿਆ ਉਹ ਕਰ ਦੋ ਆ ਉਹ ਕਰ ਦੋ ਉਹ ਕਰ ਦੋ ਇਹਨਾਂ ਸਰਕਾਰੀ ਸਿਸਟਮ ਥੋੜਾ ਖਰਾਬ ਹੋ ਜੇ ਦੁਕਾਨ ਨੂੰ ਦਿਖਾਵਾ ਜਾ ਹੋਈ ਜਾਵੇ ਤੇ ਉਹ ਕਹਿੰਦੇ ਨੇ ਵੀ ਸੁੱਕਾ ਹੈ ਜਮਤੇ ਹੀ ਦਾ ਮੂੰ ਚਮੇ ਟੁਕਣਾ ਦੇ ਆਈਦਾ ਜੀ ਸੁੱਕਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਨੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਇੰਟਰਵਿਊ ਸਾਡਾ ਪਸੰਦ ਆਇਆ ਹੋਵੇਗਾ ਵੱਖ-ਵੱਖ ਮੁੱਦਿਆਂ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਅਗਲੀ ਮੁਲਾਕਾਤ ਦੇ ਵਿੱਚ ਫਿਰ ਹੋਰ ਮੁੱਦਿਆਂ ਦੇ ਉੱਤੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਉਦੋਂ ਤੱਕ ਬਣੇ ਰਹੋ ਐਸਐਮਟੀਵੀ ਦੇ ਨਾਲ ਤੇ ਮੈਨੂੰ ਮੇਰੇ ਸਾਥੀ ਆਰਪੂ ਸਿੰਘ ਦੇ ਨਾਲ ਦੀ ਇਜਾਜ਼ਤ ਧੰਨਵਾਦ